ਹੁਣ ਪੇਕਿਆਂ ਤੋਂ ਆਈ ਆ, ਕੋਈ ਗੱਲ ਆਈ ਨੀ ਤੇਰੇ ਕੋਲੇ? ਤੂੰ ਮੇਰਾ ਕੁੱਕਰ ਜ਼ਰੂਰੀ ਵਰਤਣਾ ਸੀਗਾ। ਮੇਰੇ ਵਾਲੇ ਕੁੱਕਰ ਦੀ ਸੀਟੀ ਖਰਾਬ ਹੋ ਰਹੀ ਹੈ, ਫਿਰ ਕਿਹੜਾ ਭੈਣੇ ਕੁੱਕਰ ਘੱਸ ਗਿਆ ਜੇ 'ਚ ਬਣਾ ਲਏ ਮੈਂ ਚੌਲ। ਕੋਈ ਸੂਟ ਸਾਟ ਸਮਾ ਲਈ? ਸੂਟ ਦੀ ਤਾਂ ਮੈਨੂੰ ਲੋੜ ਨਹੀਂ, ਮੈਂ ਤਾਂ ਤੇਰੇ ਪੈਸੇ ਸਾਂਭ ਸਾਂਭ ਰੱਖੀ ਜਾਂਦੀ ਹਾਂ। ਮੈਂ ਇੱਥੋਂ ਨਹੀਂ ਧੁੱਤ ਜਾਂਦੇ ਹੈਗੇ, ਇਸ ਤੀ ਧਵਾ ਲਿਆ ਕਰ ਕੱਪੜੇ, ਨਾਲੇ ਰੋਟੀ ਵੀ ਤੈਨੂੰ ਇਹੀ ਦੇ ਦਿਆ ਕਰੂਗੀ। ਮੈਂ ਇੱਥੋਂ ਨਹੀਂ ਦਿੱਤੀ ਜਾਂਦੀ ਰੋਟੀ ਰੁਟੀ, ਮੈਂ ਇੱਕ ਟਾਈਮ ਦੀ ਉਹ ਵੀ ਨਹੀਂ ਦੇ ਸਕਦੀ ਹੈਗੀ। ਫਰਿੱਜ ਤਾਂ ਹੋ ਗਿਆ ਸਾਫ, ਕੰਮ ਤਾਂ ਸਾਰੇ ਨਿਬੜ ਗਏ, ਹੋਰ ਦਮ ਲਵਾਂਗਾ 10 ਮਿੰਟ, ਇੱਕ ਗਰਮੀ ਬਹੁਤ ਹੈ। ਵੀਰਪਾਲ। ਹਾਂ ਬੇਬੇ। ਆਪ ਨੂੰ ਤਾਂ ਤੈਨੂੰ ਨਹੀਂ ਔੜਦੀ, ਘੰਟਾ ਹੋ ਗਿਆ ਮੈਨੂੰ ਬੈਠੀ ਨੂੰ, ਪਾਣੀ ਲਿਆ ਦੇ ਮੈਨੂੰ ਪੀਣ ਨੂੰ। ਲੈਣੇ ਆ ਹਲੋ ਬੇਬੇ, ਕੰਮ ਧੰਦੇ 'ਚ ਨਹੀਂ ਪਤਾ ਲੱਗਦਾ ਬੇਬੇ, ਮੰਗ ਲਿਆ ਏਡੀ ਕੀ ਗੱਲ ਹੈ ਪਾਣੀ ਦੀ, ਹੁਣ ਮੈਂ ਹਰੇਕ ਚੀਜ਼ ਮੰਗਿਆ ਕਰੂੰਗੀ ਤੈਨੂੰ। ਲੈ ਹੁਣ ਜਦੋਂ ਪਿਆਸ ਲੱਗਦੀ ਹੈ ਮੰਗ ਲਏ, ਫਿਰ ਏਡੀ ਤਾਂ ਕੀ ਗੱਲ ਹੈ, ਨਹੀਂ ਧਿਆਨ ਦਿੱਤਾ ਜਾਂਦਾ। ਪਾਣੀ ਕਿਵੇਂ ਜੇ ਲੱਗਦਾ ਮੈਨੂੰ? ਪਾਣੀ ਟੂਟੀ 'ਤੇ ਹੀ ਹੈ ਬੇਬੇ। ਤੈਨੂੰ ਐਂ ਤਾਂ ਪਤਾ ਹੈ ਮੈਨੂੰ ਤਾਂ ਉਹੀ ਫਾਰਾ ਆ ਜਾਂਦਾ ਟੂਟੀ ਦੇ ਪਾਣੀ ਨਾਲ, ਆਰ ਉਹਦਾ ਪਾਣੀ ਵਰਤਦੇ ਹਾਂ ਜਦੋਂ ਚੰਗਾ ਭਲਾ, ਜੇ ਤੁਸੀਂ ਟੂਟੀ ਦਾ ਪੀਂਦੇ ਹੋ ਮੈਨੂੰ ਵੀ ਨਾਲ ਹੀ ਰਿਹਾ ਤਾ। ਫਿਰ ਮੈਂ ਤਾਂ ਉਹੀ ਲਿਆ ਤਾਂ ਲੈ ਆਰ ਉਹ ਦਾ ਲਿਆ, ਨਾ ਰਹਿਣ ਦੇ ਬਸ, ਪੀਤਾ ਹੋਇਆ ਸਰ ਦੇ ਬਣਾ। ਬੇਬੇ ਆਰ ਉਹਦਾ ਪਾਣੀ ਤਾਂ ਮਾੜਾ ਹੈ, ਸਾਰੇ ਤੱਤ ਮਰ ਜਾਂਦੇ ਆ ਉਹਦੇ, ਨੁਕਸਾਨਦਾਇਕ ਹੈ। ਟੂਟੀ ਦਾ ਪਾਣੀ ਵਧੀਆ ਹੈ ਜੇ। ਮੈਨੂੰ ਤਾਂ ਕੋਈ ਮਾੜਾ ਨਹੀਂ ਲੱਗਦਾ ਹੈਗਾ, ਜਦੋਂ ਹੌਲਾ ਹੋ ਜਾਂਦਾ ਪਾਣੀ ਉਹ ਪੀਤਾ ਜਾਂਦਾ, ਇਹ ਤਾਂ ਘੁੱਟ ਨਹੀਂ ਭਰੀ ਜਾਂਦੀ ਹੈਗੀ ਪਾਣੀ ਦੀ। ਅਸੀਂ ਤਾਂ ਬੇਬੇ ਇਹੀ ਪੀਂਦੇ ਹਾਂ। ਰਾਜ ਨੂੰ 2 ਦਿਨ ਹੋ ਗਏ ਪੇਕੇ ਗਈ ਨੂੰ, ਮੇਰਾ ਤਾਂ ਵੱਡੀ ਰੂਹ ਨਹੀਂ ਲੱਗਦੀ, ਘਰੇ ਜਮਾਂ ਜੀ ਨਹੀਂ ਲੱਗਦਾ। ਫੋਨ ਕਰ ਲੈ ਬੇਬੇ, ਆ ਜੂਗੀ, ਫੋਨ ਲਾ ਲਾ। ਅਸੀਂ ਬੰਦੇ ਨਹੀਂ ਜਿਹੜੇ ਘਰੇ ਫਿਰਦੇ ਹਾਂ, ਰਾਜ ਰਾਜ ਸਾਰਾ ਦਿਨ। ਜਮਾਂ ਨਹੀਂ ਉਹਨੂੰ ਕਾਸੇ ਦਾ ਪਤਾ ਹੈਗਾ, ਕਾਸੇ ਦੀ ਸਾਰ ਨਹੀਂ ਹੈਗੀ। 2 ਦਿਨ ਹੋ ਗਏ ਰਾਜ ਨੂੰ ਪੇਕੇ ਗਈ ਨੂੰ, ਬਬਲੀ ਨੂੰ ਵੀ ਨਾਲ ਲੈ ਗਈ, ਮੇਰਾ ਤਾਂ ਪੂਰਾ ਜੀ ਨਹੀਂ ਲੱਗਦਾ। ਇਹਨਾਂ ਦੇ ਮੂੰਹ ਕਨੀ ਝੱਕ ਜਾਂਦੀ ਆ ਬੈਠੀ, ਕਦੇ ਐਂ ਲੰਘ ਜਾਂਦੇ ਨੇ, ਕਦੇ ਐਂ ਲੰਘ ਜਾਂਦੇ ਨੇ। ਬੇਬੇ ਰੋਟੀ ਖਾ ਲਈ ਫਿਰ? ਖਾ ਲਈ ਪੁੱਤ ਰੋਟੀ, ਕਿਹੜਾ ਰੋਟਾ, ਤੈਨੂੰ ਪਤਾ ਹੀ ਆ ਰੋਟੀਆਂ ਦਾ। ਕਿਉਂ ਕੀ ਗੱਲ? ਰੋਟੀ ਦੇਖ ਲੈ ਤੈਨੂੰ ਮੈਂ ਦੱਸਾਂ, ਕਿਹੜੇ ਬਿਨਾਂ ਦੀ ਰੋਟੀ ਪਕਾਈ ਹੈ। ਅੱਛਾ। ਰੁੱਖੀ ਸੁੱਕੀ ਜੀ ਮਗਰੋਂ ਫੜਾ ਗਈ ਰੋਟੀ, ਕੋਈ ਲੱਸੀ ਨਹੀਂ, ਕੋਈ ਦਹੀਂ ਨਹੀਂ, ਮੈਂ ਕੱਚੀ ਲੱਸੀ ਪੀਂਦੀ ਹਾਂ। ਅਤੇ ਜੇ ਬੇਟਾ ਤਾਂ ਕੱਚੀ ਲੱਸੀ ਤਾਂ ਫਿਰ ਵੀ ਅੱਧਾ ਗਲਾਸ ਤਾਂ ਦੁੱਧ ਹੋਵੇ ਵਿੱਚ, ਲੀਲਾ ਧੋਣ ਜਾਂ ਕਰਕੇ ਫੜਾ ਗਈ, ਬਸ ਲੰਘਾ ਲਈਆਂ ਪੁੱਤ, ਉਹ ਕਿਹੜਾ ਹਾਜ਼ਮੇ ਆਉਂਦੀਆਂ ਨੇ। ਤਾਂ ਇੱਕਦਮ ਗਰਮੀ ਹੈ ਨਾ ਬੇਬੇ, ਗਰਮੀ ਕਰਕੇ ਦੁੱਧ ਘੱਟ ਗਏ ਪਸ਼ੂ। ਜਾਂ ਰੋਟੀ ਖਾ ਲੈ ਜਾ ਕੇ। ਖਾਣਾ ਜੇ ਮਾਰਦੇ ਮਿੱਠੇ ਪੋਚੇ। ਰੋਟੀ ਖਾ ਲਈ? ਹਾਂ ਖਾ ਲਈ ਰੋਟੀ। ਬੇਬੇ ਕਹਿੰਦੇ ਮੈਨੂੰ ਕੱਚੀ ਲੱਸੀ ਨੂੰ ਕਰਕੇ ਦਿੱਤੀ, ਡਾਕਟਰ ਪਾਣੀ ਫੜਾ ਤਾ, ਕੀ ਗੱਲ ਸੀ? ਸਾਨੂੰ ਪਤਾ ਤਾਂ ਹੈਗਾ ਮੇਰੇ ਸਵਾਦ, ਆਪਾਂ ਪਤਲਾ ਪੋਲਾ ਖਾ ਲਾਂਗੇ, ਪਰ ਮੈਂ ਬੇਬੇ ਨੂੰ ਤਾਂ ਵਧੀਆ ਖਾਣਾ ਦਾਣਾ ਦਿੰਦੀ ਹਾਂ। ਅੱਧਾ ਗਲਾਸ ਦੁੱਧ ਦਾ ਤੀ, ਥੋੜ੍ਹਾ ਜਿਹਾ ਪਾਣੀ ਪਾਇਆ ਸੀ ਵਿੱਚ, ਅਤੇ ਸਬਜ਼ੀ ਦੇ ਵਿੱਚ ਆਲੂ ਚੌਲਿਆਂ ਦੀ ਦਾਲ ਸੀ, ਘਿਓ ਪਾ ਕੇ ਦੇ ਕੇ ਆਈ ਹਾਂ, ਇੰਨੀ ਸੋਹਣੀ ਤਾਂ ਰੋਟੀ ਦੇ ਕੇ ਆਈ ਹਾਂ ਮੈਂ। ਉਹ ਤਾਂ ਮੈਨੂੰ ਪਤਾ ਹੀ ਆ ਯਾਰ, ਵੀ ਤੂੰ ਆਪਦੇ ਕਹਿੰਦੀ ਕੋਈ ਕਮੀ ਨਹੀਂ ਛੱਡਦੀ, ਪੂਰਾ ਵਧੀਆ ਕੰਮ ਕਰਦੀ ਆ ਤੂੰ, ਪਰ ਬੇਬੇ ਉਹ ਨਹੀਂ ਪਸੰਦ ਕਰਦੀ ਤੇਰੇ ਕੰਮ, ਪਤਾ ਨਹੀਂ ਕੀ ਗੱਲ ਆ। ਫਿਰ ਵੀ ਮਾਂ ਚਲਾ ਉਹ ਪਰ ਐਂ ਵੱਡੇ ਦਾ ਵੱਧ ਕਰਦੀ ਆ, ਪਤਾ ਨਹੀਂ ਕੀ ਗੱਲ ਆ, ਪਰ ਕੋਈ ਗੱਲ ਨਹੀਂ, ਚੱਲ ਆਪਣੇ ਇਕੱਲਿਓ ਕੋਈ ਕਿਉਂ ਪਿੱਛੇ ਨਹੀਂ ਹੋਣੀ ਚਾਹੀਦੀ। ਹਾਂ ਹੁਣ ਪਾਣੀ ਦਾ ਗਲਾਸ ਮੰਗਿਆ ਮੈਂ ਦੇ ਆਈ ਤੁਹਾਡੇ ਆਉਣ ਤੋਂ ਪਹਿਲਾਂ, ਰਾਜ ਗਈ ਹੋਈ ਹੈ, ਉਹਨੂੰ 2 ਦਿਨ ਹੋ ਗਏ ਗਈ ਨੂੰ, ਮੇਰਾ ਜੀ ਨਹੀਂ ਲੱਗਦਾ ਵੀ ਅਸੀਂ ਘਰੇ ਤੁਰੇ ਫਿਰਦੇ, ਅਸੀਂ ਬੰਦੀ ਨਹੀਂ ਹੈਗੇ।
ਪਤਾ ਹੀ ਨਹੀਂ ਕਾਰਨ ਕੀ ਆ, ਆਪਣੇ ਕੰਮ ਪਸੰਦ ਹੀ ਨਹੀਂ ਹੈਗੇ ਇਹਦੇ, ਉਹਨਾਂ ਨੂੰ ਸਾਰਾ ਦਿਨ ਕਹੀ ਜਾਊਗਾ ਨਾਲੇ ਇੰਨੀ ਆਓ ਭਗਤ ਕਰਦਾ ਨਾਲੇ ਜਮਾ ਉਹ ਪਾਣੀ ਦਾ ਗਲਾਸ ਨਹੀਂ ਫੜਾਉਂਦੀ ਚੱਕ ਕੇ, ਚੱਲ ਆਪਣੇ ਕਹਿੰਦੀ ਲਿਆਉਣੀ ਹੈ ਲਿਆਉਣੀ ਹੈ, ਜਮਾ ਨਹੀਂ ਦਿੰਦੀ ਆ ਕੇ ਮੈਨੂੰ ਹੁਕਮ ਲਾ ਦਿੰਦੀ, ਚੱਲ ਆਪਣੇ 'ਚ ਕੋਈ ਗਲਤੀ ਨਾ ਹੋਵੇ ਯਾਰ, ਚੱਲ ਆਪਾਂ ਤਾਂ ਕੀ ਕਰਨਾ, ਆਪਾਂ ਤਾਂ ਕਹਿੰਦੇ ਚੱਲ ਕੋਈ ਨਾ ਮਾਂਗੀ ਫੇਰ ਵੀ, ਲੈ ਪਾ ਕੇ ਲਿਆ ਰੋਟੀ ਸਾਨੂੰ, ਹਾਂ ਨਾਲੇ ਪਾਣੀ ਦੇ ਪਹਿਲਾਂ ਲਿਆਉਣੀ, ਐਂ ਥੋੜੂ ਕਰਦੇ ਹੁੰਦੇ ਨੇ ਇੱਕ ਤੌੜੀ ਦੋ ਢਿੱਡ, ਉਹਨਾਂ ਦਾ ਜ਼ਿਆਦਾ ਕਰਦੇ, ਉੱਧਰ ਨੂੰ ਉੱਡੀ ਜਾਊਗੀ ਜਿਵੇਂ ਉਹਨਾਂ 'ਤੇ ਗੁੜ ਲੱਗਿਆ। ਹਏ ਬਾਬਲੀ ਹੋਰੀ ਆ ਗਏ, ਆ ਗਏ ਪੁੱਤ, ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਹੈ? ਹੋਰ ਤੇਰੇ ਪੇਕੇ ਸਾਰੇ ਠੀਕ ਠਾਕ ਤੇ? ਹਾਂਜੀ ਬੇਬੇ ਠੀਕ ਠਾਕ ਸੀ। ਅੱਛਾ, ਮੈਨੂੰ ਤਾਂ ਤੁਹਾਡੇ ਬਿਨਾਂ ਪਾਣੀ ਵੀ ਨਹੀਂ ਚੰਗਾ ਲੱਗਿਆ, ਰੋਟੀ ਤਾਂ ਲੱਗਣੀ ਕੀ ਹੈ, ਬਹਿ ਜਾ ਪੁੱਤ ਕੋਈ ਗੱਲਬਾਤ ਸੁਣਾ। ਚੱਲ ਆ ਜਾ ਭਰਾ ਗੱਲਾਂ ਬਾਤਾਂ ਨੂੰ, ਕੀ ਆ ਜਾ ਪਾਣੀ ਪੂਣੀ ਪਿਆ ਮੈਨੂੰ, ਫੜਾ ਹੋਰਾ ਪਾਣੀ ਪੂਣੀ। ਲੈ ਦੇਖ ਲੈ ਤੂੰ ਤਾਂ ਬਹਿ ਜਾਂਦੀ ਪੁੱਤ, ਤੂੰ ਤਾਂ ਸੁਣਾ ਕੋਈ ਗੱਲਬਾਤ ਪਿੰਡੋਂ। ਕੀ ਗੱਲਬਾਤ ਸੁਣਾਵਾਂ, ਕੀ ਸੁਣਾਵਾਂ? ਲੈ ਕਹਿੰਦੀ ਕੀ ਗੱਲ, ਹੁਣ ਪੇਕਿਆਂ ਤੋਂ ਆਈ ਆ, ਕੋਈ ਗੱਲ ਹੈ ਹੀ ਨਹੀਂ ਤੇਰੇ ਕੋਲ? ਉਹੀ ਉਹ ਨੇ, ਉਹੀ ਤੂੰ ਮੂਹਰੇ ਟੱਕਰ ਗਈ, ਹੁਣ ਮੈਂ ਤਾਂ ਚਾਹ ਕਰਦੀ ਹਾਂ ਜਾ ਕੇ ਅੰਦਰ, ਚਾਹ ਪਾਣੀ ਪੀਨੀ ਹਾਂ। ਲੈ ਦੇਖ ਲੈ ਮੈਂ ਤਾਂ ਇਹਨਾਂ ਦਾ ਇੰਨਾ ਕਰਦੀ ਹਾਂ ਬੂ, ਮੈਂ ਤਾਂ ਕੱਲ੍ਹ ਦੀ ਐਂ ਕਹਿੰਦੀ ਮੇਰਾ ਜੀ ਨਹੀਂ ਲੱਗਦਾ, ਇੱਕ ਮਿੰਟ ਵੀ ਨਹੀਂ ਬੈਠੇ ਮੇਰੇ ਕੋਲ। ਚੱਲ ਕੋਈ ਨਾ, ਥੱਕੇ ਹੋਏ ਸੀ, ਕੋਈ ਗੱਲ ਨਹੀਂ। ਆ ਲੋ ਬੇਬੇ ਚਾਹ। ਰਾਜਪੁੱਤ ਵੀਰਪਾਲ, ਤੂੰ ਹੈ ਵੀਰਪਾਲ? ਕਰ ਲਈਆਂ ਰਾਜ ਨਾਲ ਗੱਲਾਂ? ਹਾਂ ਕਰ ਲਈਆਂ। ਅੱਛਾ, ਦੁੱਖ ਸੁੱਖ ਕਰ ਲਿਆ? ਹੋਰ ਹੁਣ ਦੁੱਖ ਸੁੱਖ ਕਰਿਆ ਨੀ ਤੇਰੇ ਭਾਵੇਂ। ਕਿਉਂ ਝੂਠ ਵੱਡੀ ਜਾਂਦੀ ਆ ਬੇਬੇ, ਮੋਰੀ ਚੋਂ ਖੜੀ ਮੈਂ ਦੇਖੀ ਜਾਂਦੀ ਸੀ, ਉਹ ਤਾਂ ਤੈਨੂੰ ਲਾਲਾ ਧਰਦੀ ਸੀ। ਨਾ ਕੋਈ ਲਾ ਕੇ ਨਹੀਂ ਧਰਿਆ। ਕਿੰਨਾ ਤਾਂ ਰੁੱਖਾ ਬੋਲੀ ਜਾਂਦੀ ਸੀ। ਹੋਰ ਰਾਮ ਨਹੀਂ ਬੋਲੀ, ਉਹ ਤਾਂ ਕਹਿੰਦੀ ਆ ਕਿ ਕੋਈ ਨਾ ਮੰਮੀ ਮੈਂ ਕਿ ਚਾਹ ਪਾਣੀ ਪਿਆਉਣੀ ਆ ਬਬਲੀ ਨੂੰ, ਤਾਂ ਕਰਕੇ ਕਹਿੰਦੀ ਹੋਣੀ ਉਹ। ਅੱਕੇ ਥੱਕੇ ਵੀ ਆਏ ਨੇ ਬਾਹਰੋਂ, ਮੈਨੂੰ ਤਾਂ ਕੀ ਬੋਲਦੀ ਸੀ, ਬੜਾ ਰੁੱਖਾ ਬੋਲਦੀ ਸੀ। ਨਾ ਨਾ ਨਾ, ਚਾਹ ਕਹੀ ਜੀ ਅੱਜ? ਚਾਹ ਜਿਹੋ ਜੀ ਹੁੰਦੀ ਹੈ ਬੇਬੇ, ਉਹੀ ਜੀ ਹੈ ਚਾਹ ਜਿਹੜੀ ਰੋਜ਼ ਕਰਦੇ ਹਾਂ ਆਪਾਂ। ਚਾਹ ਨੂੰ ਕੀ ਹੋਇਆ, ਅਸੀਂ ਵੀ ਪੀਤੀ ਹੈ। ਨਾ ਲੈ ਲੈ ਜਾ, ਮੈਨੂੰ ਤਾਂ ਐਂ ਜਿਹਾ ਲੱਗਦਾ ਜਿਵੇਂ ਲਸਣ ਗੰਢੇ ਵਾਲੀ ਬਾਟੀ 'ਚ ਪਾ ਲਏ। ਰਾਜ ਕਰਕੇ ਲਿਆ ਕੇ ਦੇਊ ਤੈਨੂੰ ਲੌਂਗ ਇਲਾਇਚੀਆਂ ਵਾਲੀ ਚਾਹ? ਕੋਈ ਨਾ, ਲੌਂਗ ਇਲਾਇਚੀਆਂ ਵਾਲੀ ਲਿਆਊਗੀ, ਲਿਆਊਗੀ ਕਿਉਂ ਨਹੀਂ, ਪੀ ਲਈ ਫਿਰ ਲਾ ਦੇ ਨਾ ਹੁਕਮ ਮਾਰਦੇ ਬਾਜ। ਮੈਂ ਕਹਿੰਦੀ ਆ ਕਦੇ ਵਧੀਆ ਨਹੀਂ ਬਣੀ, ਪੀਣੀ ਪੈਂਦੀ ਹੈ ਇੱਕ, ਮੈਨੂੰ ਮੈਂ ਬੋਲ ਕੇ ਨਹੀਂ ਸੁਣਾਉਂਦੀ। ਆ ਕਰਤੂਤਾਂ ਦੇ ਮਾਰੇ ਤਾਂ ਅੱਡ ਹੋਏ ਆ, ਹੁਣ ਥੋੜੀ ਕਬੀਲਦਾਰੀ ਲੈਦਾ ਲੈਦਾ, ਤੇਰੀ ਰੋਟੀ 'ਚ ਚਾਹ 'ਚ ਪੂਰਾ ਵੱਟਾ ਹੈ। ਅੱਛਾ ਹਾਂ, ਅੱਡ ਵੀ ਇਸੇ ਕਾਰਨ ਹੋਏ ਤੇ ਆਪਾਂ, ਉਦੋਂ ਤਾਂ ਭਾਵਾਂ ਨਾ ਡਾਂਗ ਖੜੀ ਕਰ ਲੈ, ਇਹੀ ਜਿਹੀ ਚਾਹ ਹੁੰਦੀ ਸੀ। ਆਹ ਹੁਣ ਚਾਹ ਹੈ ਤੇਰੀ, ਹੁਣ ਸਵੇਰ ਦੀ ਰੋਟੀ 'ਤੇ ਚਾਹ ਤੇਰੇ ਕਨੀ ਹੈ, ਠੀਕ ਹੈ ਕਿ ਨਾ, ਆਥਣ ਦੀ ਰੋਟੀ 'ਤੇ ਦੁੱਧ ਉਹਦੇ ਕਨੀ ਹੈ, ਧਿਆਨ ਨਾਲ ਸੁਣ ਲੈ। ਜਦੋਂ ਦੁਪਹਿਰ ਤੱਕ ਦਾ ਖਾਣਾ ਮੈਂ ਇੱਕ ਵਾਰੀ ਚਾਹ ਪੀਵਾਂ, ਦੋ ਵਾਰੀ ਚਾਹ ਪੀਵਾਂ, ਭਾਵਾਂ ਇੱਕ ਵਾਰੀ ਰੋਟੀ ਖਾਵਾਂ ਭਾਵਾਂ ਦੋ ਵਾਰੀ ਖਾਵਾਂ, ਮੈਂ ਇੱਕ ਵਾਰੀ ਰੋਟੀ ਖਾਂਦੀ ਹਾਂ, ਠੀਕ ਹੈ, ਇੱਕ ਵਾਰੀ ਪੀਨੀ ਆ ਦੁਪਹਿਰੇ ਚਾਹ, ਹੁਣ ਆ ਚਾਹ ਤੀ ਕੋਈ। ਚਾਹ ਨੂੰ ਕੀ ਹੋਇਆ ਬੇਬੇ? ਅੱਛਾ ਉਹ ਤਾਂ ਨਰਮ ਹੋ ਗਈ ਜਿਹੜੀ ਤੈਨੂੰ ਮੈਂ ਦਿਨ ਰਾਤ ਪੂਜਦੀ ਆ, ਅੱਛਾ ਮੈਂ ਗਰਮ ਹੈ, ਉਹ ਤਾਂ ਤੈਨੂੰ ਜਿਹੋ ਜਿਹਾ ਖਾਣਾ ਦਾਣਾ ਦਿੰਦੀ ਆ ਨਾ ਕਰਕੇ, ਉਹ ਕੁੱਤੇ ਵੀ ਨਾ ਖਾਣ, ਅਸੀਂ ਤਾਂ ਤੈਨੂੰ ਤੁਰਤ ਲਾ ਕੇ ਦਿੰਨੀ ਆ ਮਾਤਾ ਰੋਟੀ, ਉਹ ਪਈਆਂ ਦੇ ਦਿੰਦੀ ਆ ਤੈਨੂੰ ਕਿਹੜੇ ਵੇਲਿਆਂ ਦੀਆਂ, ਉਹਨੂੰ ਵੀ ਤੂੰ ਚੰਗੀ ਕਹਿਣੀ ਆ। ਨਹੀਂ ਨਹੀਂ ਨਹੀਂ, ਉਹਦਾ ਸਵਾਦ ਆ ਤਾਂ ਬਾਲਾ ਵੱਟਾ ਹੈ ਤੇਰਾ ਤੇ ਉਹਦਾ, ਤਾਂ ਐਵੇਂ ਲੱਗਦਾ ਤੈਨੂੰ, ਹੁਣ ਪਤਾ ਹੀ ਹੈ ਬੇਬੇ ਤੁਹਾਡੇ ਪਿਆਰ ਦਾ। ਫਿਰ ਮੈਨੂੰ ਮੈਂ ਤੈਨੂੰ ਦੱਸ ਦਿੰਦੀ ਹਾਂ, ਹੁਣ ਕਬੀਲਦਾਰੀ ਲੈਦਾ ਲੈਦਾ, ਹੁਣ ਤੂੰ ਭੋਰਾ ਚੋ ਭੋਰਾ ਲਗੋ ਕੇ ਰੱਖਦੀ ਹੈ, ਅੱਗੇ ਡਾਂਗ ਵਰਗੀ ਜੱਗ ਪਾ ਕੇ ਖਰਚ ਪਾਉਂਦੀ ਉਹੀ ਚਾਹ। ਕੋਈ ਨੀ ਬੇਬੇ, ਚਾਹ ਤਾਂ ਪਹਿਲਾਂ ਵੀ ਉਹੀ ਹੁੰਦੀ ਸੀ, ਹੁਣ ਵੀ ਉਹੀ ਹੈ,
ਬੇਬੇ ਸਾਡਾ ਤਾਂ ਕੰਮ ਤੂੰ ਹੀ ਨਹੀਂ ਨੱਕ ਹੇਠ ਰੱਖਦੀ। ਰੱਖਦੀ ਨਹੀਂ ਨੱਕ ਹੇਠ, ਅਸੀਂ ਤਾਂ ਬੇਬੇ ਤੈਨੂੰ ਭਾਵੇਂ ਸੋਨੇ ਦੀ ਗੱਦੀ ਤੇ ਬਿਠਾ ਦੇਈਏ ਤੂੰ ਸਾਨੂੰ ਤਾਂ ਨਹੀਂ ਚੰਗਾ ਕਹਿਣਾ, ਉਹ ਤੈਨੂੰ ਭਾਵੇਂ ਰੂੜੀ ਤੇ ਬਿਠਾ ਤੂੰ ਉਹਨਾਂ ਨੂੰ ਤਾਂ ਵੀ ਚੰਗਾ ਆਖੇਂਗੀ। ਡਰਦੀ ਆ ਉਹਨਾਂ ਤੋਂ ਤਾਂ ਤੂੰ? ਨਹੀਂ ਨਹੀਂ ਡਰਨ ਵਾਲੀ ਕਿਹੜੀ ਗੱਲ ਹੈ, ਡਰਦੀ ਆ ਤਾਂ ਆਰਾਮ ਆਰਾਮ ਕਰਦੀ ਆ ਉਹਨਾਂ ਅੱਗੇ। ਮੇਰੀ ਗੱਲ ਸੁਣ, ਉਹ ਵੀ ਮੇਰਾ ਪੁੱਤ ਨੂੰ ਹੈ, ਤੁਸੀਂ ਵੀ ਹੋ ਮੇਰੇ। ਅਸੀਂ ਵੀ ਤੇਰੇ ਪੁੱਤ ਨੂੰ ਹੈ। ਹਾਂ ਫਿਰ ਪੁੱਤ ਨੂੰ ਹੈਗੇ ਹੋ? ਹਾਂ ਪੁੱਤ ਨਾਲ ਵੀ ਤੂੰ ਤਾਂ ਇਹੀ ਕੁਛ ਕਰਦੀ ਆ, ਲੱਛੀ ਤਾਂ ਤੇਰਾ ਪੁੱਤ ਹੈ। ਲੱਛੀ ਨੂੰ ਵੀ ਸੂ ਨਹੀਂ, ਲੱਛੀ ਥੋੜਾ ਜਿਹਾ ਤੇਰੇ ਮਗਰ ਬਾਹਲਾ ਲੱਗਦਾ ਹੈ। ਤੇ ਮੇਰੇ ਮਗਰ ਕੀ ਲੱਗਦਾ? ਲੱਗਦਾ ਹੈ, ਲੱਗਦਾ ਕਿਉਂ ਨਹੀਂ? ਮੈਂ ਦੇਖੀ ਜਾਂਦੀ ਹਾਂ ਸਾਰਾ, ਐਡੀ ਮੈਂ ਪਾਗਲ ਥੋੜੀ ਹਾਂ। ਲੱਛੀ ਮਗਰ ਲੱਗਦਾ ਹੋਵੇ ਆਹ ਕੁਛ ਨਾ ਹੋਵੇ ਜਿਵੇਂ ਤੂੰ ਕਰੀ ਜਾਂਦੀ ਹੈ ਦਰਿਆਂਤਾਂ। ਹੁਣ ਦਰਿਆਂਤ ਕਾਹਦੀ ਰਹਿ ਗਈ, ਸਾਰਾ ਕੁਛ ਤੁਹਾਨੂੰ ਅੱਧੋ ਅੱਧ ਕਰਕੇ ਦੇਤਾ, ਦਰਿਆਂਤ ਤਾਂ ਤੁਸੀਂ ਕਰਦੇ ਹੋ। ਅਸੀਂ ਕਦੋਂ ਕਰਦੇ ਬਈ, ਮੈਂ ਮੰਜੇ ਤੇ ਬੈਠੀ ਨੂੰ ਪੂਜਦੀ ਹਾਂ, ਹੁਣ ਤੂੰ ਉਹਦੇ ਨਾਲ ਪਾਣੀ ਕੀ ਮੰਗਿਆ ਸੀਗਾ ਤੈਨੂੰ ਦੇ ਕੇ ਗਈ ਹੈ? ਮੈਨੂੰ ਗੱਲ ਦੀ ਸਮਝ ਨਹੀਂ ਆਈ ਕਿਵੇਂ ਤੈਨੂੰ ਭੱਜ ਭੱਜ ਪਈ ਗਈ ਹੈ ਉਹ, ਹਜੇ ਤੂੰ ਗੱਲ ਕਰਦੀ ਕਿ ਰਾਜ ਵਗੈਰ ਮੇਰਾ ਜੀ ਨਹੀਂ ਲੱਗਿਆ। ਉਹ ਤਾਂ ਥੱਕੀ ਅੱਕੀ ਆਈ ਸੀ ਵੀਰ, ਤਾਂ ਕਰਕੇ ਹੈ। ਪਤਾ ਹੀ ਹੈ ਬੇਬੇ ਤੈਨੂੰ ਉਹ ਕਿੰਨਾ ਕੁ ਸਮਝਦੀ ਹੈ, ਜਿੰਨੀ ਆਸਤਾ ਆਸਤਾ ਅਸੀਂ ਕਰਦੇ ਨਾ ਓਨੀ ਰਾਜ ਤੈਨੂੰ ਕਰਦੀ ਨਹੀਂ। ਤੂੰ ਇਕੱਲੀ ਨਹੀਂ ਕਰਦੀ, ਪਿੰਡ 'ਚ ਜਾ ਕੇ ਪਤਾ ਕਰ ਲੈ। ਕੋਈ ਨਹੀਂ, ਠੀਕ ਹੈ? ਨੂੰਹਾਂ ਧੀਆਂ ਕਿੰਨੀ ਆਸਤਾ ਆਸਤਾ ਕਰਦੀਆਂ ਨੇ ਆਪਦੇ ਮਾਪਿਆਂ ਦੀ। ਫਿਰ ਰਾਜ ਤੋਂ ਕਰਵਾ ਲਾ ਨਾ। ਮੈਨੂੰ ਪਤਾ ਮਗਰਲੇ ਮੂਰਲੇ ਦਾ ਫਰਕ ਹੈ ਬਾਈ, ਜੇ ਟੱਬਰ 'ਚੋਂ ਤੂੰ ਆਈ ਹੈ ਜਾਂ ਉਹ ਆਪਦੇ ਟੱਬਰਾਂ 'ਚੋਂ ਆਈ ਹੈ, ਜ਼ਰੂਰ ਫਰਕ ਹੁੰਦਾ ਇਹ। ਮਾਂ ਦਾ ਕੀ ਫਰਕ ਹੈ, ਮੇਰੀ ਮਾਂ ਕੀ ਐਂ ਕਹਿੰਦੀ ਹੈ ਬੇਬੇ ਤੂੰ ਐਂ ਕਰ, ਮੇਰੀ ਮਾਂ ਵਰਗਾ ਤਾਂ ਕੋਈ ਬਣ ਨਹੀਂ ਸਕਦਾ, ਕਦੇ ਤੇਰੇ ਕੱਪੜੇ ਲੀੜੇ ਛੱਡੇ ਨੇ, ਜਾਂ ਤੈਨੂੰ ਕਦੇ ਰੋਟੀ ਡੁੱਕ ਨਹੀਂ ਦਿੱਤਾ, ਜਾਂ ਤੈਨੂੰ ਕਦੇ ਕਿਸੇ ਚੀਜ਼ ਦਾ ਕੋਈ ਉਹ ਮੂਹਰੇ ਬੋਲਿਆ ਤੇਰੇ ਕਰਕੇ। ਬੇਟਾ ਮੇਰੀ ਗੱਲ ਸੁਣ, ਹਾਂ ਪਿਛਲਿਆਂ ਨੂੰ ਤੂੰ ਹੀ ਫੜੀਆਂ ਨੇ, ਮੈਨੂੰ ਜੋ ਕੁਛ ਮਰਜ਼ੀ ਕਹਿ ਲਾ ਪਰ ਮੇਰੇ ਪਿਛਲਿਆਂ ਨੂੰ ਫੜਨ ਦੀ ਲੋੜ ਨਹੀਂ। ਅੱਛਾ ਉਹਦੇ ਮਾਪੇ ਵੇਖ ਕੇ ਚੰਗੇ ਹੋ ਗਏ, ਨਾਲ ਉਹਦੀ ਮਾਂ ਤੇਰੇ ਕੋਲੇ ਬਹਿੰਦੀ ਨੀ, ਦੋ ਗੱਲਾਂ ਵੀ ਨਹੀਂ ਕਰਦੀ, ਸਿੱਧੀ ਲੈ ਕੇ ਧੀ ਨੂੰ ਅੰਦਰ ਵੜ ਜਾਂਦੀ। ਉਰੇ ਆ ਪੁੱਤ, ਮੈਂ ਤੈਨੂੰ ਗੱਲ ਦੱਸਦੀ ਹਾਂ, ਕਿੰਨੀ ਤੇਰੀ ਸੇਵਾ ਕਰੀ। ਚੱਲ ਮੇਰੀ ਗੱਲ ਸੁਣ, ਆਓ ਭਗਤ ਤੂੰ ਉਹਨਾਂ ਦੀ ਕਰਦੀ ਹੈ। ਇਹਨੂੰ ਪੁੱਤ ਰੋਟੀ ਦੇਣੀ ਔਖੀ ਹੈ, ਸਵੇਰੇ ਤੜਕੇ ਰੋਟੀ ਦਿੰਦੀ ਹੈ, ਠੀਕ ਹੈ? ਉਹਨੂੰ ਪਤਾ ਵੀ ਮੈਂ ਕੱਟੀ ਲੱਸੀ ਪੀਂਦੀ ਨਹੀਂ, ਵੀ ਕੱਚੀ ਲੱਸੀ ਪੀਂਦੀ ਹੈ, ਕੱਚੀ ਲੱਸੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਮੈਂ ਕਿਹਾ ਹੋਇਆ ਵੀਰ ਅੱਧਾ ਗਲਾਸ ਤਾਂ ਪਾ ਦਿਆ ਕਰ ਦੁੱਧ ਦਾ, ਠੀਕ ਹੈ ਜੀ, ਅੱਧਾ ਪਾ ਦਿਆ ਕਰ ਮੈਨੂੰ ਪਾਣੀ ਦਾ, ਇਹ ਨਾ ਲੀਲਾ ਧੋਣ ਜਿਹਾ ਕਰਕੇ ਮੈਨੂੰ ਫੜਾ ਦਿੰਦੀ ਹੈ, ਮੈਂ ਚੁੱਪ ਕਰਕੇ ਪੀ ਲੈਂਦੀ ਹਾਂ। ਹੁਣ ਚਾਹ ਲਿਆਈ, ਜਹੀ ਜੀ ਆਪਣੇ ਇਕੱਠ 'ਚ ਚਾਹ ਬਣਦੀ ਸੀ, ਉਹੀ ਜੀ ਚਾਹ ਹੁਣ ਬਣਦੀ ਹੈ ਕਿਤੇ? ਬੇਬੇ ਮੇਰੀ ਗੱਲ ਹੁਣ, ਸਾਰਾ ਕੁਛ ਵਧੀਆ ਬਣਦਾ ਹੈਗਾ, ਤੂੰ ਵੈਸੇ ਰੁਕ ਕੇ ਰੋਟੀ ਖਾ ਲਿਆ ਕਰ, ਬਸ ਉਹੀ ਰੋਟੀ ਤੈਨੂੰ ਮਿਲਦੀ, ਉਹੀ ਮੈਂ ਖਾਂਦਾ ਹੈਗਾ, ਉਹੀ ਜੀ ਉਹ ਖਾਂਦੀ ਆ। ਬੇਟਾ ਹੁਣ ਖਰਚਿਆਂ ਦਾ ਫਰਕ ਪੈ ਗਿਆ ਨਾ, ਉਹ ਆਪਦਾ ਖਰਚਾ ਤੋੜਦੇ ਨੇ, ਤੁਸੀਂ ਆਪਦਾ ਤੋੜਦੇ ਹੋ। ਹੁਣ ਚਾਹ ਪਾਣੀ ਰੋਟੀ ਟੁੱਕ 'ਚ ਬਹੁਤ ਫਰਕ ਪੈ ਗਿਆ, ਤੈਨੂੰ ਨਹੀਂ ਪਤਾ ਲੱਗਦਾ ਹੈਗਾ? ਐਵੇਂ ਲੱਗਦਾ। ਨਾ ਨਾ ਐਵੇਂ ਕਿਉਂ ਲੱਗਦਾ, ਮੇਰੀ ਗੱਲ ਸੁਣ। ਹਾਂ ਦੱਸੋ। ਹੁਣ ਤੁਹਾਡਾ ਰੋਟੀ ਟੁੱਕ ਵੰਡਿਆ ਹੋਇਆ ਨਾ, ਰਾਸ਼ਨ ਪਾਣੀ ਆਪੋ ਆਪਦਾ ਹੋ ਗਿਆ, ਜਹੀ ਜੀ ਹੁਣ ਪਹਿਲਾਂ ਟੱਬਰ 'ਚ ਰੋਟੀ ਬਣਦੀ ਸੀ ਉਹੀ ਜੀ ਥੋੜ੍ਹਾ ਬਣਦੀ ਹੈ, ਹੁਣ ਹੱਥੋਂ ਤਾਂ ਰੋਟੀ ਦਿੰਦੇ ਨੇ ਮੈਨੂੰ, ਉਹ ਤੜਕੇ ਨੂੰ ਦਿੰਦੀ ਆ ਰੋਟੀ ਇਹ, ਠੀਕ ਹੈ? ਠੀਕ ਆ। ਮੈਨੂੰ ਪੂਰਾ ਸਵਾਦ ਰੋਟੀ ਨਹੀਂ ਲੱਗਦੀ ਜਦੋਂ ਰੋਟੀ ਬਣਾਉਂਦੀ ਹੈ ਨਹੀਂ ਜੱਜ ਦੀ, ਠੀਕ ਹੈ? ਮੇਰੀ ਸੁਣ ਲੈ ਪਹਿਲਾਂ ਮੇਰੀ ਗੱਲ, ਹੁਣ ਉਹ ਰੋਟੀ ਬਣਾਉਂਦੀ ਹੈ, ਇਕੱਲੀ ਇਕੱਲੀ ਰੋਟੀ ਬਣਾਉਂਦੀ ਹੈ ਮੈਨੂੰ, ਵਧੀਆ ਰੋਟੀਆਂ ਮੈਨੂੰ ਵੀ ਪਤਾ ਹੈ, ਕੰਮ ਤਾਂ ਉਹ ਵੀ ਓਨਾ ਹੀ ਕਰਦੀ ਹੈ, ਆਪਦਾ ਕੰਮ ਇਹ ਵੀ ਕਰਦੀ ਹੈ, ਤੂੰ ਐਂ ਨਾ ਕਹਿ ਵੀ ਕੰਮ ਨਹੀਂ ਕਰਦੀ। ਹੁਣ ਤੈਨੂੰ ਮੰਨ ਸਾ ਫਿਰ, ਉਹ ਤਾਂ ਵਧੀਆ ਮੈਨੂੰ ਸ਼ੌਂਕ ਨਾਲ ਰੋਟੀ ਬਣਾਉਂਦੀ ਹੈ। ਮੇਰੀ ਗੱਲ ਤਾਂ ਸੁਣ ਲੈ, ਤੈਨੂੰ ਰੋਟੀ ਖਾਣ ਤੋਂ ਕੌਣ ਰੋਕਦਾ ਇੱਧਰ, ਤੂੰ ਦੋਨੇ ਟਾਈਮ ਰੋਟੀ ਇੱਧਰ ਖਾ। ਬੇ ਪੁੱਤ ਤੂੰ ਐਂ ਕਹਿਣਾ ਦੋਨੇ ਟਾਈਮ ਖਾ ਰੋਟੀ, ਮੇਰੇ ਤਾਂ ਇੱਕ ਟਾਈਮ ਨਹੀਂ ਲੱਗਦੀ, ਢਿੱਡ 'ਚ ਐਂ ਕੱਟਦੀਆਂ ਨੇ ਬੁਰਕੀਆਂ ਜਿਹੜੀ ਰੋਟੀ ਇਹ ਪਕਾਉਂਦੀ ਹੈ। ਹੁਣ ਰਾਜ ਰੋਟੀ ਪਕਾਉਂਦੀ ਹੈ, ਉਹ ਮੈਂ ਕਦੇ ਪਿਆ ਰੌੜਾ ਰਾਜ ਨਾਲ, ਕਦੇ ਪਿਆ ਰੌੜਾ ਪਤੀ ਹੈ ਮੈਨੂੰ ਉਹਨਾਂ ਦੋਨਾਂ ਦਾ, ਵੀ ਕਿਹੋ ਜਿਹਾ ਭਾਈ ਬਾਈ ਆ ਕਿਹੋ ਜਿਹੀ ਭਾਬੀ ਆ। ਅਸੀਂ ਤਾਂ ਤੈਨੂੰ ਕਿਹਾ ਮਟਰ ਪਨੀਰ ਬਣਾ ਦਈਏ, ਚਾਹੇ ਬਣਾ ਦਈਏ ਕੋਈ ਹੋਰ ਸਬਜ਼ੀ, ਤੈਨੂੰ ਉਹੋ ਜਿਹੇ ਪਾਣੀ ਪਾ ਕੇ ਨਾ ਕੌਲੀ 'ਚ ਨਾ, ਤੂੰ ਉਹ ਵੀ ਖਾਏਗੀ, ਸਾਡੇ ਤੈਨੂੰ ਉਹਨੇ ਰੋਟੀ ਚੰਗੀ ਲੱਗਦੀ। ਮੈਂ ਖੇਤ ਜਾਂਦਾ ਚੰਗਾ ਕੈਂਪਰ ਲੈ ਕੇ, ਖੇਤ ਤਾਂ ਜਾਂਦਾ, ਲੈ ਦੇਖ ਲੈ ਇਹ ਵੀ ਮਗਰ ਲਾ ਰੱਖਿਆ, ਕਿਹੜੇ ਰੋਟੇ ਨੇ ਇਹਨਾਂ ਦੇ ਖਾਣ, ਹਜੇ ਕਹਿੰਦਾ ਤੂੰ ਸਾਨੂੰ ਚੰਗਾ ਨਹੀਂ ਸਮਝਦੀ,
ਚਾਹੇ ਤੁਸੀਂ ਤਾਂ ਮੈਨੂੰ ਨਾ ਮਟਰ ਪਨੀਰ ਬਣਾ ਬਣਾ ਕੇ ਦੇ ਦਿਓ, ਬਬਲੀ ਕੇ ਪਾਵਾਂ ਮੈਨੂੰ ਚਟਣੀ ਨਾਲ ਦੇ ਦੇਣ, ਉਹਨਾਂ ਨੂੰ ਤਾਂ ਮੈਂ ਤਾਂ ਵੀ ਵਧੀਆ ਸਮਝੂ, ਤੁਹਾਡਾ ਤਾਂ ਮੈਨੂੰ ਮਟਰ ਪਨੀਰ ਵੀ ਚੰਗਾ ਨਹੀਂ ਲੱਗਦਾ। ਹਜੇ ਕਹਿੰਦੇ ਸਾਨੂੰ ਚੰਗਾ ਨਹੀਂ ਸਮਝਦੀ, ਸਮਝੂਗੀ ਤੁਹਾਨੂੰ ਚੰਗਾ, ਦੇਖਿਓ ਤਾਂ ਸਹੀ। ਮੈਨੂੰ ਤਾਂ ਉਹਨਾਂ ਦਾ ਇੰਨਾ ਆਉਂਦਾ, ਰਾਜ ਦਾ ਅਤੇ ਬਬਲੀ ਦਾ ਤਾਂ ਮੈਨੂੰ ਜ਼ਿਆਦਾ ਪਿਆਰ ਆਉਂਦਾ। ਬਿਰਪਾਲਾ ਕੁੱਕਰ 'ਚ ਕੀ ਬਣਾਇਆ ਸੀ? ਚੌਲ ਬਣਾਏ ਸੀ ਭੈਣੇ 'ਚ। ਤੂੰ ਮੇਰਾ ਕੁੱਕਰ ਜ਼ਰੂਰੀ ਵਰਤਣਾ ਸੀਗਾ। ਮੇਰੇ ਵਾਲੇ ਕੁੱਕਰ ਦੀ ਸੀਟੀ ਖਰਾਬ ਹੋ ਰਹੀ ਹੈ, ਫਿਰ ਕਿਹੜਾ ਭੈਣੇ ਕੁੱਕਰ ਘੱਸ ਗਿਆ ਜੇ 'ਚ ਬਣਾ ਲਏ ਮੈਂ ਚੌਲ। ਲੈ ਅੰਦਰੋਂ ਭਾਂਡੇ ਗੜ ਗੜ ਕੇ ਸਾਰੇ ਉਹ ਕਰੀ ਜਾਂਦੀ ਰਹਿੰਦੀ ਹੈ, ਖਰਾਬ ਕਰੀ ਜਾਂਦੀ। ਲੈ ਐਡੀ ਕੀ ਗੱਲ ਖਰਾਬ ਕਰਨ ਨੂੰ, ਮੇਰਾ ਦਿਮਾਗ ਉਰਿਆ। ਚੌਲ ਵੀ ਬਣਾਏ ਸੀ। ਚੌਲ ਬਣਾਏ ਤੇਰੇ ਵਾਲੇ ਕੁੱਕਰ ਨੂੰ ਕੀ ਹੋ ਗਿਆ ਸੀ? ਸੀਟੀ ਖਰਾਬ ਹੋ ਰਹੀ ਹੈ, ਦੱਸੀ ਤਾਂ ਜਾਂਦੀ ਹੈ। ਸੀਟੀ ਹੋਰ ਲਵਾ ਲੈਂਦੀ ਅੜੀਏ। ਲੈ ਮੌਕੇ 'ਤੇ ਕਿੱਥੋਂ ਲਵਾ ਕੇ ਲਿਆਵਾਂ ਮੈਂ ਸੀਟੀ? ਅੱਛਾ ਜੀ, ਬੈਂਕ ਵਾਲੇ ਵੀ ਪੂਰਾ ਹੈਰਾਨ ਕਰਦੇ ਨੇ। ਗਰਮੀ ਦੇਖ ਲਾ, ਅੱਜ ਕਹੀ ਜੀ ਅੱਗ ਲਾਉਣੀ। ਲੈ ਤਾਂ ਮੋਟਰਸਾਈਕਲ 'ਤੇ ਬਥੇਰਾ ਜਾਂਦੇ, ਐਂ ਤਾਂ ਫਿਰ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ। ਹਾਂ ਚੁੱਪ ਕਰਕੇ ਚੱਲ, ਆਪ ਹੀ ਲਿਆ ਵਾਂ। ਬੈਂਕ ਕੋਲ ਤਾਂ ਬੱਸ ਖੜ੍ਹਦੀ ਹੈ ਅੱਡੇ 'ਚ। ਓਹੋ ਰਾਜ, ਕੁੜੇ ਵੀਰ ਪਾਣੀ ਲਿਆ ਦਿਓ। ਆ ਬੇਬੇ ਪਤਾ ਨਹੀਂ ਕਿੱਧਰੋਂ ਆਈ ਆ, ਹੁਣ ਦੁਪਹਿਰੇ ਦੁਪਹਿਰੇ ਹੋਕਰੇ ਮਾਰੀ ਜਾਂਦੀ ਹੈਗੀ ਬੈਠੀ। ਬੀਰਪਾਲ। ਹਾਂ ਭੈਣ। ਕੀ ਕਰਦੀ ਆ? ਝਾੜੂ ਲੈ ਜਾਂਦੀ ਹਾਂ। ਆ ਬੇਬੇ ਨੂੰ ਪਾਣੀ ਫੜਾਇਆ? ਬੇਬੇ ਤਾਂ ਭੈਣ ਤੇਰਾ ਦਿੱਤਾ ਪਾਣੀ ਪਸੰਦ ਕਰਦੀ, ਬਾਸ ਤਾਂ ਉਹਨੇ ਤੈਨੂੰ ਮਾਰੀ ਹੈ। ਉਹ ਤਾਂ ਮੈਨੂੰ ਵੀ ਪਤਾ, ਮੈਨੂੰ ਮਾਰੀ ਆਵਾਜ਼, ਮੈਂ ਕਿਹੜਾ ਕੋਈ ਅੱਡ ਪਾਣੀ ਦੇ ਦੂੰਗੀ। ਤੂੰ ਫੜਾਇਆ ਪਾਣੀ? ਉਹ ਤਾਂ ਭੈਣ ਬੇਬੇ ਨਹੀਂ ਪਤਾ ਅੱਡ ਪਾਣੀ ਦੇ ਦੇਂਗੀ ਕਿ ਕਿਵੇਂ ਦੇਵੇਂਗੀ। ਉਹ ਤਾਂ ਸਾਰਾ ਦਿਨ ਹੀ ਰਾਜ ਰਾਜ ਕਰਦੀ ਰਹਿੰਦੀ ਹੈ। ਫੜਾ ਦਿੰਦੀ ਹੈ ਭੈਣੇ, ਇੰਨੀ ਔਖੀ ਕਾਹਤੋਂ ਹੋਣੀ ਆ, ਪਾਣੀ ਮੰਗਿਆ ਵਿਚਾਰੀ ਨੇ, ਬਾਹਰੋਂ ਆਈ ਹੈ। ਰਾਜ ਪਾਣੀ ਲਿਆ ਦੇ, ਸੁਣਿਆ ਨੀ ਤੈਨੂੰ? ਆ ਲਓ ਬੇਬੇ ਪਾਣੀ। ਰਾਜ ਕੀ ਕਰੀ ਜਾਂਦੇ ਆ? ਉਹ ਕਹਿੰਦੀ ਤੂੰ ਹੀ ਫੜਾਇਆ ਪਾਣੀ, ਮੈਨੂੰ ਭੇਜਤਾ। ਉਹਨੂੰ ਮੇਰੇ ਕੋਲ ਭੇਜੀ ਮਾੜਾ ਜਾ, ਭੇਜ ਦਿੰਦੀ ਹਾਂ। ਚਾਹ ਰੱਖ ਛੱਡੀਏ ਗੈਸ ਤੇ, ਹੋਰ ਕੀ ਕਰਦੀ ਸੀ? ਇੰਨੀ ਔਖੀ ਹੋਈ ਜਾਂਦੀ ਹੈ, ਚਾਹ ਨਿਕਲ ਜੂਗੀ। ਕਰ ਲੈ ਫਿਰ ਚਾਹ। ਲੈ ਮੈਂ ਤਾਂ ਬੈਂਕ 'ਚ ਜਾ ਕੇ ਆਈ ਸੀ। ਬੈਂਕ 'ਚ ਜਾ ਕੇ ਆਈ ਸੀ? ਹੋਰ ਪੁੱਤ, ਚੱਲ ਚਾਹ ਤਾਂ ਫਿਰ ਹੌਲੀ ਕਰੀ ਹੋਈ ਹੈ ਗੈਸ। ਹੌਲੀ ਕਰੀ ਹੋਈ? ਹਾਂ, ਦੱਸ ਕੀ ਕਹਿੰਦੀ ਹੈ? ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਮੈਂ ਪੈਨਸ਼ਨ ਕਢਾ ਕੇ ਲਿਆਈ ਸੀ ਅੱਜ। ਅੱਛਾ, ਆਹ ਲੈ ਫੜ ਪੈਸੇ, ਕੋਈ ਸੂਟ ਸਾਟ ਸੰਭਾਲ ਲਈ। ਸੂਟ ਦੀ ਤਾਂ ਮੈਨੂੰ ਲੋੜ ਨਹੀਂ, ਮੈਂ ਤਾਂ ਤੇਰੇ ਪੈਸੇ ਸਾਂਭ ਸਾਂਭ ਰੱਖੀ ਜਾਂਦੀ ਹਾਂ। ਸਾਰੀਆਂ ਪੈਨਸ਼ਨਾਂ ਤੂੰ ਮੈਨੂੰ ਨਹੀਂ ਫੜਾਉਣੀਆਂ, ਸਾਰੀਆਂ ਸਾਂਭ ਰੱਖੀ। ਵੀਰਪਾਲ ਨੂੰ ਪਤਾ ਹੀ ਨਹੀਂ ਸਾਂਭਣਦਾ। ਮੈਂ ਤੈਨੂੰ ਕਹਿੰਦਾ ਵੀ ਤੂੰ ਸਾਂਭ ਕੇ ਨਾ ਰੱਖ, ਵਰਤ ਲਿਓ ਆਪਦੇ, ਖੜੀ ਹੋ ਕੇ ਵਗ ਜਾ। ਜੇ ਤੈਨੂੰ ਕਹਿਣ ਲੱਗੀ ਕੀ ਕਰਨ ਗਈ ਤੇ ਗਲਾਸ ਲੈ ਚੱਕ ਕੇ, ਵੀ ਮੈਂ ਤਾਂ ਜੂਠਾ ਗਲਾਸ ਲਿਆਈ ਹਾਂ। ਠੀਕ ਹੈ, ਹਾਂ ਪਤਾ ਹੀ ਨਹੀਂ ਇਹਨੂੰ ਤਾਂ ਕਾਸੇ ਦਾ। ਅੱਛਾ, ਪੈਸੇ ਫੜਾਏ, ਪੈਨਸ਼ਨ ਕਢਾ ਕੇ ਲਈ ਹੈ। ਕੀ ਕਹਿੰਦੀ ਸੀ ਭੈਣ ਬੇਬੇ?
ਕੁਛ ਨਹੀਂ, ਉਹ ਤਾਂ ਕਹਿੰਦੀ ਜੂਆ ਗਲਾਸ ਲੈ ਜਾ, ਜੂਠਾ ਗਲਾਸ ਪਿਆ ਹੈਗਾ ਚੱਕ ਕੇ ਲੈ। ਅੱਛਾ ਲੈ, ਮੈਂ ਇੰਨੀ ਫੜਾ ਜਾਂਦੀ, ਮੈਂ ਖੜ ਜਾਂਦੀ ਮਿੰਟ ਉੱਥੇ। ਹੋਕਰੇ ਮਾਰਦੀ ਰਹਿੰਦੀ, ਪਤਾ ਤਾਂ ਹੈਗਾ ਤੈਨੂੰ, ਵਾਜਾ ਮਾਰਦੀ ਰਹਿੰਦੀ ਹੈਗੀ। ਅੱਛਾ, ਆਹੀ ਕੰਮ ਸੀ, ਹੋਰ ਤਾਂ ਕੋਈ ਕੰਮ ਨਹੀਂ। ਹਾਂ, ਮੈਂ ਕਿਤੇ ਸੋਨੂੰ ਬੁਲਾਉਂਦੀ ਸੀ ਨਾ ਕਿਤੇ, ਕੋਈ ਕੰਮ ਸੀ। ਲੈ ਦੇਖ ਲੈ, ਇਹ ਵੀ ਸ਼ੇਰੀ ਖੇਡਦੀ ਹੈ, ਕਿੱਡੀ ਚਲਾਕ ਹੈ, ਪੈਸੇ ਮੁੱਠੀ 'ਚ ਲੈ ਰੱਖੇ ਨੇ। ਅੱਛਾ, ਇਹ ਵਾਰ ਪੈਨਸ਼ਨ ਇਹਨੂੰ ਦਿੰਦੀ ਹੈ, ਕਹਿੰਦੀ ਮੈਂ ਫਲਾਣੇ ਨੂੰ ਦਿੱਤੇ, ਧਮਕੇ ਨੂੰ ਦਿੱਤੇ, ਲੱਗ ਗਈ ਮੇਰੇ ਕੋਲ, ਇਸੇ ਦੀ ਮੁੱਠੀ 'ਚ ਦਿੰਦੀ ਹੈ, ਨਾਲੇ ਪਾਣੀ ਦਾ ਗਲਾਸ ਨਹੀਂ ਫੜਾਉਂਦੀ, ਪਾਣੀ ਦਾ ਗਲਾਸ ਫੜਾਉਣ ਵੇਲੇ ਔਖੀ ਹੁੰਦੀ। ਪੁੱਛਾਂ ਨਾ ਬੇਬੇ ਨੂੰ ਬਹਾਨੇ ਨਾਲ ਮੈਨੂੰ ਕੀ ਕਹਿੰਦੀ ਹੈ, ਪਤਾ ਹੀ ਆਉਂ ਤਾਂ ਵੀ ਹੁਸ਼ਿਆਰੀ ਖੇਡੂ, ਪੁੱਛਦੀ ਹਾਂ ਫਿਰ। ਬੇਬੇ ਕਿੱਥੇ ਗਈ ਸੀ, ਕੀ ਗੱਲ, ਤੈਨੂੰ ਦੱਸਣਾ ਜ਼ਰੂਰੀ ਹੁੰਦਾ ਪੁੱਤ? ਨਾ ਉਹ ਪੁੱਛਦੇ, ਮੈਂ ਦੁਪਹਿਰੇ ਦੁਪਹਿਰੇ ਕਿੱਧਰੋਂ ਆਈ। ਲੈ ਦੁਪਹਿਰੇ ਦੁਪਹਿਰੇ ਜੇ ਕੋਈ ਕੰਮ ਸੀ ਮੈਂ ਤਾਂ ਹੀ ਗਈ ਸੀ। ਹਾਂ, ਮੈਂ ਤਾਂ ਹੀ ਗੱਲ ਕਰਦੀ ਸੀ, ਲੈ ਤੇਰਾ ਅੱਜ ਤੋਂ ਪਾਣੀ ਦਾ ਗਲਾਸ ਮੰਗਿਆ, ਤੈਨੂੰ ਪਾਣੀ ਦਾ ਗਲਾਸ ਨਹੀਂ ਦਿੱਤਾ। ਐਂ ਨਹੀਂ ਵੀ ਬੇਬੇ ਬਾਹਰੋਂ ਆਈਏ, ਧੁੱਪੋਂ ਆਈਏ, ਮੈਂ ਤਾਂ ਹੀ ਗੱਲ ਕਰਦੀ ਸੀ। ਉਹਨੇ ਨਹੀਂ ਦਿੱਤਾ? ਹੋਰ, ਮੈਨੂੰ ਕਹਿੰਦੀ ਤੂੰ ਹੀ ਲੈ ਜਾ, ਕਹਿੰਦੀ ਬੈਠੀ ਓਕਰੇ ਮਾਰੀ ਜਾਂਦੀ ਹੈ। ਲੈਣਾ ਨਾ ਦੇਣਾ ਪਾਣੀ ਤਾਂ ਤੂੰ ਲਿਆਈ ਆ, ਬਸ ਮੈਂ ਫੜ ਲਿਆ। ਹਾਂ ਹਾਂ, ਵੀ ਦੇਣ ਨਹੀਂ ਆਈ, ਤੁਸੀਂ ਰਾਜ ਨੂੰ ਆਵਾਜ਼ ਮਾਰੀ ਸੀ ਨਾ, ਦੇਣ ਨਹੀਂ ਆਈ, ਮੈਨੂੰ ਹੁਕਮ ਲਾਤਾ ਅੱਗੇ। ਮੇਰੇ ਤਾਂ ਮੂੰਹ ਹੀ ਰਾਜ ਚੜ ਰਿਹਾ, ਕੋਈ ਐਂ ਤਾਂ ਨਹੀਂ ਹੈਗਾ ਵੀ ਉਹ ਮੈਨੂੰ ਪਾਣੀ ਨਹੀਂ ਦੇਣਾ ਆਉਂਦੀ। ਆਈਆਂ ਜਿਹੀਆਂ ਗੱਲਾਂ ਨਾ ਤੂੰ ਕਰਿਆ ਕਰ, ਹੁਣ ਘਰ 'ਚ ਤਾਂ ਤੁਸੀਂ ਹੀ ਰਹਿੰਦੀਆਂ ਹੋ, ਤੂੰ ਵੀ ਫੜਾ ਸਕਦੀ, ਉਹ ਵੀ ਫੜਾ ਸਕਦੀ। ਨਹੀਂ ਫਿਰ, ਨਾ ਤਾਂ ਮੇਰਾ ਵੀ ਲੈ ਸਕਦੇ ਆ ਬੇਬੇ, ਮੂਹਰੇ ਤਾਂ ਮੈਂ ਫਿਰ ਦਿੱਤੀ ਝਾੜੂ ਲਾਉਂਦੀ। ਬਸ ਮੇਰਾ ਤਾਂ ਮੂੰਹ ਜਿਹੀ ਚੜੀ ਹੋਈ ਹੈ, ਤਾਂ ਕਰਕੇ ਕਹਿਤਾ। ਤੂੰ ਮੈਨੂੰ ਦੱਸ ਕੀ ਕਹਿਣੀ ਹੈ? ਮੈਂ ਤਾਂ ਐਂ ਪੁੱਛਦੀ ਸੀ ਵੀ ਕਿੱਥੇ ਗਈ ਸੀ। ਮੈਂ ਤਾਂ ਉਹ ਅੰਦਰਲੇ ਘਰਾਂ ਦੀ, ਤੇਰੀ ਚਾਚੀ ਤਿਲਸ ਕੇ ਡਿੱਗ ਪਈ, ਮਾਨਸਾ ਦਾਖਲ ਹੈ, ਮੈਂ ਤਾਂ ਪਤਾ ਲੈਣ ਗਈ ਸੀ। ਅੱਛਾ, ਹਾਂ, ਬਚ ਗਈ ਸੱਟ ਸੁੱਟ ਤੋਂ? ਸੱਟ ਤਾਂ ਹੈਗੀ ਹੈ, ਪਰ ਟੁੱਟਣ ਭੱਜਣ ਤੋਂ ਬਚੀ ਹੈ। ਅੱਛਾ ਬੇਬੇ, ਸੱਚ ਇੱਕ ਕੰਮ ਹੋਰ ਸੀ, ਮੈਨੂੰ 500 ਰੁਪਇਆ ਧਾਰਾ ਦੇ ਦੇ। ਕਿਉਂ, ਤੈਂ ਕੀ ਕਰਨਾ ਹੁਣ? ਮੈਂ ਨਾ ਉਹ ਸੂਟ ਫੜ ਕੇ ਲਿਆਉਣੀ ਤੀ, ਉਹਦਾ 500-600 ਰੁਪਇਆ ਹੋਇਆ ਪਿਆ, 500 ਤਾਂ ਮੇਰੇ ਕੋਲ ਹੈਗਾ ਸੀਗਾ। ਚੱਲ 100-200 ਘਰੇ ਰੱਖ ਲੂੰ, ਕੰਮ ਆਜੂਗਾ। ਮੇਰੇ ਕੋਲ ਤਾਂ ਨਹੀਂ ਪੁੱਤ, ਮੈਨੂੰ ਕਿਹੜਾ ਕਦੇ ਤੁਸੀਂ ਫੜਾਏ ਨੇ? ਬੇਬੇ ਤੂੰ ਪੈਨਸ਼ਨ ਤਾਂ ਲੈਣੀ ਆਉਂਦੀ ਹੋਊਗੀ, ਸੀ ਕਿਹੜਾ ਤੇ ਤੂੰ ਕਦੇ ਫੜੀ ਹੈ ਪੈਨਸ਼ਨ? ਫੜੀ ਤਾਂ ਨਹੀਂ, ਫਿਰ ਪੈਨਸ਼ਨ ਕੋਈ ਐਂ ਥੋੜ੍ਹੀ ਹੈ ਵੀ ਮੈਂ ਤੁਹਾਨੂੰ ਦੇ ਦਿਆ ਕਰੂੰਗੀ। ਹੁਣ ਕੁੱਲੋ ਕੁੱਲ ਚੀਜ਼ ਤੁਹਾਡੀ ਅੱਧੋ ਅੱਧ ਕਰਤੀ। ਕੋਈ ਨਾ ਬੇਬੇ, ਮੰਗਦੀ ਨਹੀਂ, ਮੈਂ ਤਾਂ ਧਾਰੇ ਮੰਗਦੀ ਹਾਂ, ਦੇ ਦੂੰਗੀ, ਆ ਦੁੱਧਾਲਾ ਦੇ ਕੇ ਜਾਊਗਾ, ਉਦੋਂ ਮੋੜ ਦੂੰਗੀ। ਮੈਂ ਤਾਂ ਫਿਰ ਫਟ ਪ੍ਰਸ਼ਨ ਕਢਾ ਕੇ ਲਿਆਈ ਨਹੀਂ ਹਜੇ, ਪਹਿਲਾਂ ਵਾਲੀ ਤਾਂ ਪਈ ਹੋਣੀ ਬੇਬੇ, ਤੁਸੀਂ ਕਿਹੜਾ ਚਲਾਉਂਦੇ? ਮੈਂ ਤਾਂ ਉਦੋਂ ਹੀ ਕਢਾਉਂਦੀ ਹਾਂ ਜਦੋਂ ਕੋਈ ਲੋੜ ਹੋਵੇ। ਮੈਂ ਤਾਂ ਕਿਸੇ ਦਾ ਵਿਆਹ ਸ਼ਾਦੀ ਮੈਂ ਤੁਹਾਡੇ ਤੋਂ ਕਦੇ ਮੰਗਿਆ? ਨਾ ਤੁਹਾਡੇ ਤੋਂ ਮੰਗਿਆ, ਨਾ ਮੈਂ ਉਹਨਾਂ ਤੋਂ ਮੰਗਿਆ। ਪ੍ਰਸ਼ਨ ਪੁੱਛਣ ਵਾਲਾ ਪੈਸਾ ਨਹੀਂ ਮੇਰੇ ਕੋਲ, ਵਿਲਿਆ ਖੜਦਾ ਮੇਰੇ ਕੋਲ, ਕਿੱਥੋਂ ਆ ਗਈ ਪ੍ਰਸ਼ਨ? ਬੇਬੇ ਅਸੀਂ ਤਾਂ ਤੋਂ ਫੜਦੇ ਨਹੀਂ ਗੇ, ਪੈਨਸ਼ਨ ਤੇਰੀ ਕਿੱਥੇ ਜਾਂਦੀ? ਕੋਈ ਵੀ ਨਹੀਂ ਫੜਦਾ, ਉਹ ਕਿਹੜਾ ਫੜਦੇ ਨੇ? ਹਾਂ ਫਿਰ ਮੈਂ ਤਾਂ ਉਹ ਗੱਲ ਕਰਦੀ ਹਾਂ ਵੀ ਐਂ ਹੁਣੇ ਥੋੜ੍ਹਾ। ਮੈਂ ਤੈਨੂੰ ਕਹੀ ਤਾਂ ਜਾਂਦੀ ਵੀ ਕਢਾਈ ਨਹੀਂ ਮੈਂ। ਬੇਬੇ ਐਂ ਕਰਦੀ ਆ, ਦੇਖ ਧਾਰੇ ਸਧਾਰੇ ਵੀ ਨਹੀਂ ਦਿੰਦੀ। ਐਂ ਤੈਨੂੰ ਐਵੇਂ ਲੱਗਦਾ ਤੜਕੇ, ਐਂ ਧਾਰੇ ਸਧਾਰੇ ਨਹੀਂ ਦਿੰਦੀ, ਸਭ ਕੁਝ ਤੁਹਾਡੇ ਕੋਲੇ ਹੈ, ਉਵੇਂ ਮਾਰੀ ਜਾਂਦੀ ਹੋ ਤੁਸੀਂ ਤਾਂ। ਹੈ ਨਹੀਂ ਬੇਬੇ, ਜੇ ਹੁੰਦੇ ਤਾਂ ਇੱਥੋਂ ਕਿਉਂ ਮੰਗਦੀ? ਓਹੋ, ਮੈਨੂੰ ਵੀ ਪੈਸਿਆਂ ਦੀ ਕੀ ਲੋੜ ਹੈ? ਮੈਨੂੰ ਤਾਂ ਲੋੜ ਨਹੀਂ ਪੈਂਦੀ, 7-7 ਕਿੱਲੇ ਤੁਹਾਡੇ ਕੋਲੇ ਵਾਹਣਦੇ ਨੇ, ਤੁਹਾਡੇ ਕੋਲ ਹੀ ਦੋਵੇਂ ਭੈਣਾਂ ਕੋਲੇ ਪੈਸੇ ਨੇ। ਵਾਹਣ ਤੇ ਤਾਂ ਹੈਗੇ ਆ ਬੇਬੇ, ਲੱਛੀ ਖੇਤ ਗਿਆ ਹੋਇਆ, ਹੁਣ ਮੈਂ ਲੱਛੀ ਨੂੰ ਕਿਹ ਤੋਂ ਬੁਲਾਵਾਂ, ਕਿਤੇ ਕੰਮ ਕਰਦਾ ਹੂ, ਹੱਥ ਨਹੀਂ ਆਊਗਾ, ਤੈਨੂੰ ਫੜ ਕੇ ਦੇ ਦੂ ਤੂੰ 500। ਮੇਰੇ ਕੋਲ ਤਾਂ ਹੈ ਨਹੀਂ ਬਿੱਲੇ ਪੈਸੇ, ਹੈ ਨਹੀਂ ਮੇਰੇ ਕੋਲ ਤਾਂ। ਆ ਗਿਆ ਲੱਛੀ, ਲੈ ਲੈ ਤੂੰ, 500 ਰੁਪਈਆ ਮੰਗਦੀ ਸੀ, ਲੱਛੀ ਤੋਂ ਲੈ ਲੈ। ਦਾਲ ਪਾਣੀ ਪਈ ਹੈ ਕੀ ਘਰੇ? ਕੱਲ ਨੂੰ ਚਾਰ ਪਾਵਾਂਗੇ। ਕੱਦੂ ਪਏ ਨੇ 2-3, ਉਹ ਜਿਹੜੇ ਕੱਲ ਲਿਆਏ ਸੀ ਤੁਸੀਂ ਕੱਚੇ ਕੱਚੇ? ਚੱਲ ਕੁਝ ਹਰੀਆਂ ਮਿਰਚਾਂ ਪਾ ਲਿਓ, ਕੁਝ ਗੰਡੇ ਪਾ ਲਿਓ। ਮੈਂ ਤਾਂ ਇਹ ਕਹਿੰਦੀ ਸੀ ਬੇਬੇ ਨੂੰ ਪੈਨਸ਼ਨ ਦਵਾ ਲੈਂਦੇ ਨਾ। ਲੈ ਮੈਂ ਕੀ ਕਰਨੀ ਹੈ ਬੋਲੀਏ? ਲੈ ਬੇਬੇ, 100 ਲੋੜ ਪੈ ਜਾਂਦੀ ਹੈ, ਇਕੱਠੀ ਕਰਕੇ ਕੀ ਕਰੇਂਗੀ? ਮੈਂ ਕੀ ਕਰਨੀ ਹੈ? ਲੈ ਆਉਣਾ ਹੀ ਲੋੜ ਆ ਤਾਂ। ਨਾ ਬਿੱਲੇ, ਜਿੱਦੇ ਮੈਨੂੰ ਲੋੜ ਹੋਈ ਉਦੇ ਖੜਾ ਨੂੰ, ਮੈਂ ਕੀ ਕਰਨੀ? ਚਲ ਹਾਂ ਹੀ ਕਰ ਲਓ। ਹਾਂ, ਮੈਂ ਪ੍ਰਸ਼ਨ ਤੋਂ ਕਰਾਉਣਾ ਕੀ ਹੈ? ਨਾ ਨਾ, ਆਪਾਂ ਇਕੱਠੀ ਹੋ ਜਾਵਾਂਗੇ ਪੈਨਸ਼ਨ ਦੇ ਦੇ। ਚੱਲ ਬਾਬਾ ਹੋਵੇ ਭਾਵੇਂ ਥੋੜੀ ਹੋਵੇ, ਉਹ ਕਿਹੜਾ ਥੋੜੀ ਜਿਹੀ ਨਾਲ ਚੱਲ ਆਪਾਂ ਨੂੰ ਕੀ ਜਿੰਨੇ ਮਰਜ਼ੀ ਹੋਣਾ। ਹਾਂ, ਅੱਲਾ ਦਾ ਸਰ, ਕਢਾਈ ਨਹੀਂ ਕਦੇ, ਬਹੁਤ ਇਕੱਠੀ ਹੋ ਰਹੀ। ਚੱਲ ਫਿਰ ਕਲਾਪਾ ਕੀ ਲੈਣਾ ਬੇਬੇ ਦੀ ਪੈਨਸ਼ਨ ਆ ਯਾਰ, ਕਢਾਵੇ ਨਾ ਕਢਾਵੇ, ਤੂੰ ਮੈਨੂੰ ਪਾਣੀ ਲੈ ਕੇ ਦੇ। ਲਿਆਉਣੀ ਆ ਪਾਣੀ ਬੇਬੇ, ਪੈਨਸ਼ਨ ਤਾਂ ਤੇਰੀ ਹਰ ਮਹੀਨੇ ਆਉਂਦੀ ਹੈ, ਪਰ ਮੈਨੂੰ ਪਤਾ ਹੈ ਜਾਂਦੀ ਕਿੱਥੇ ਆ।
ਉਰੇ ਬੈਠ ਕੁੜੇ, ਉਰੇ ਆ ਕੇ ਬੈਠ। ਕਿੱਥੇ ਜਾਂਦੀ ਹੈ? ਕਿੱਥੇ ਜਾਂਦੀ ਹੈ? ਮੈਂ ਕਾਹਤੋਂ ਦੱਸਦਾ, ਮੈਂ ਕਾਹਦਾ ਦੱਸਦਾ? ਮੈਂ ਤਾਂ ਕਹਿੰਦੇ ਵੀ ਪੈਨਸ਼ਨ ਮੈਂ ਤਾਂ ਕਢਾਈ ਨੀ। ਕਢਾਈ ਕਿਉਂ ਨੀ ਬੇਬੇ? ਹਰ ਮਹੀਨੇ ਪੈਨਸ਼ਨ ਕਢਾਉਣੀ ਹੈ। ਕਿਉਂ ਫੇਰ ਕਾਹਦੇ ਵਾਸਤੇ ਕਢਾਉਣੀ ਹੈ? ਮੈਂ ਕੀ ਕਰਨੀ ਹੈ? ਪੈਨਸ਼ਨ ਉੱਧਰ ਜਾਂਦੀ ਹੈ, ਆ ਹੁਣ ਤਾਂ ਭੈਣ ਫੜ ਕੇ ਲੈ ਕੇ ਗਈ ਹੈ ਤੈਥੋਂ, ਪਹਿਲਾਂ ਵੀ ਉਹੀ ਲੈ ਕੇ ਜਾਂਦੀ ਹੈ, ਉਧਰ ਹੀ ਜਾਂਦੀ ਹੈ। ਕਿਉਂ ਝੂਠ ਮਾਰੀ ਜਾਂਦੀ ਹੈ ਸਾਰਾ? ਮੈਂ ਨਹੀਂ ਝੂਠ ਬੋਲਦੀ ਬੇਬੇ, ਬਾਲ ਬੋਲਦੀ ਕਿਉਂ ਨਹੀਂ? ਹੁਣ ਤਾਂ ਫੜਾ ਕੇ ਹਟੀ ਹੈ। ਲੈ ਦੇ ਜਾਵੇ। ਨਹੀਂ ਹੁਣ ਗੱਲ ਕਰਦੇ ਫਿਰ ਬੰਦਾ, ਨਾਲੇ ਚੋਰ ਨਾਲੇ ਚਤਰਾਈ, ਇਹ ਕੀ ਗੱਲ? ਕੋਈ ਗੱਲ ਨਹੀਂ, ਦੇ ਜਾਣ ਦੇ। ਜਦੋਂ ਮੈਂ ਲਿਆ ਜੀ ਨਹੀਂ ਪੁੱਤ ਕਢਾ ਕੇ ਆਈ ਹੈ ਬੇਬੇ, ਲਿਆਈ ਕਿ ਨਹੀਂ? ਮੁੱਠੀ ਚ ਦਿੱਤੀ ਆ ਉਹਦੇ ਚ। ਬੈਠਾ ਉਹਨੂੰ ਦੇਖ, ਨੂੰ ਮਰਜ਼ੀ ਦੇ ਦੋ। ਫੇਰ ਪੈਨਸ਼ਨ ਇਹ ਕੋਈ ਮੈਂ ਤੁਹਾਡੇ ਤੋਂ ਜ਼ਮੀਨ ਰੱਖੀ ਹੈ? ਪਰ ਮੈਂ ਤੈਨੂੰ ਕੀ ਕਿਹਾ ਬੇ, ਰੱਖ ਲੈ ਪੈਨਸ਼ਨ। ਤੈਂ ਤਾਂ ਨਹੀਂ, ਇਹ 10 ਵਾਰੀ ਕਹਿ ਟਿਕਾ ਨਹੀਂ, ਪੈਨਸ਼ਨ ਲਿਆਈ, ਪੈਨਸ਼ਨ ਲਿਆਈ। ਗੱਲ ਨਹੀਂ ਬੇਬੇ, ਦੋਨੀ ਤੇਰੇ ਪੁੱਤ ਨੇ, ਤੂੰ ਕੀ ਕਰਦਿਆ ਕਰ ਦੋਨਾਂ ਨੂੰ? ਕੀ ਕਰਦਾ ਤੂੰ ਅੱਧੀ? ਕੀ ਗੱਲ ਹੈ? ਕੌਣ ਕਹਿੰਦਾ ਹੈ? ਕੀ ਗੱਲ ਹੈ? ਪੈਨਸ਼ਨ ਉਹਨੇ ਪਹਿਲਾਂ ਫੜ ਕੇ ਨਹੀਂ ਲੈ ਕੇ ਗਈ? ਮੈਂ ਕਦੋਂ ਪੈਨਸ਼ਨ ਫੜ ਕੇ ਲੈ ਕੇ ਗਈ? ਮੇਰੀ ਮੁੱਠੀ ਚ ਦਿੱਤਾ 15। ਲੈ ਐਵੇਂ ਕਹੀ ਜਾਂਦੀ ਹੈ? ਦੇਖ ਲੈ 10 ਵਾਰੀ ਕਹਿ ਟਿਕਾ ਜਾਂਦੇ, ਨਾਲੇ ਵੀ ਮੁੱਕਰੀ ਜਾਂਦੀ ਹੈ। ਪੈਨਸ਼ਨ ਵੀ ਤੇ ਰੋਟੀ ਦਿੰਦੇ ਸੀ ਨਾ? ਪੈਨਸ਼ਨ ਨਹੀਂ ਦਿੰਦੇ ਰੋਟੀ, ਤਾਂ ਮੈਂ ਜਿਹੜੀ ਉਹ ਦੇਈ ਜਾਂਦੀ ਹਾਂ, ਨਾਲੇ ਸੋਚੀ ਜਾਂਦੀ ਹਾਂ। ਨਹੀਂ ਲੈ ਕੇ ਗਈ ਮੈਂ ਤੈਨੂੰ, ਬਹਿ ਮਹਿੰਗਾ ਇਹ ਗੱਲ ਦਾ। ਮੇਰੇ ਪੈਸੇ ਦਿੰਦੇ ਰੋਟੀ ਦਿੰਦੇ? ਲੱਛੀ ਰੋਟੀ ਦਾ ਰੌਲਾ, ਮੈਨੂੰ ਨਾ ਦਿਓ ਰੋਟੀ, ਮੈਂ ਤਾਂ ਤੈਨੂੰ ਉਦਾਂ ਵੀ ਕਹਿਤੀ। ਮੈਂ ਰੋਟੀ ਤਾਂ ਛੱਡ, ਇੱਕ ਦਿਨ ਦੋ ਟਾਈਮ ਦੇਵਾਂਗੀ ਤੈਨੂੰ, ਪਰ ਹੁਸ਼ਿਆਰੀ ਜੀ ਨਾ ਕਰ, ਉਧਰ ਤਾਂ ਤੂੰ ਪੈਸੇ ਖਵਾਈ ਇਹਨੇ ਸਾਡੇ ਹੱਥ ਤੇ, ਤੁਕਦੀ ਵੀ ਨਹੀਂ। ਹਾਏ ਅਸੀਂ ਪੈਸੇ ਕਰਨੇ ਆ ਤੁਹਾਨੂੰ ਸਾਰੀ ਚੀਜ਼ਾਂ ਭੈਣੇ ਹੁਣ ਲੈ ਕੇ ਗਈ ਜੇ ਮੈਂ ਸਾਹਮਣੇ ਦੇਖਿਆ। ਪਾਣੀ ਦਾ ਗਲਾਸ ਤਾਂ ਤੂੰ ਦੇਣ ਨਹੀਂ ਆ ਕਿ ਬੁੜੀ ਬੋਲੀ ਜਾਂਦੀ ਹੈ ਬੇਟੀ, ਆਪਦੀ ਪੈਸੇ ਬਹੁਤ ਨੇ, ਕੀ ਕਰਨੇ ਆ ਪੈਸੇ? ਅਸੀਂ ਫੜਦੀ ਗਾ ਤੂੰ ਤੇਰੇ ਫੋਨ ਕਦੇ ਫੜਿਆ ਕਿਸੇ ਨੇ? ਨਾ ਇਹਦਾ ਫੋਨ ਫੜਿਆ ਕਿਸੇ ਨੇ? ਸਾਡੇ ਫੋਨ ਤੇ ਤਾਂ ਮੈਸੇਜ ਆਉਂਦਾ ਨੀ, ਮੈਸੇਜ ਇਧਰਲੇ ਫੋਨ ਤੇ ਲੱਗਿਆ ਹੋਇਆ। ਤੇਰਾ ਪਾਪ ਹੈ ਨਾ, ਤੈਨੂੰ ਹੀ ਮਾਰੀ ਜਾਂਦਾ। ਕੋਈ ਨਾ ਬੇਬੇ, ਤਾਂ ਇੰਡ ਤੇ ਪਤਾ ਲੱਗੂ ਕਿਹਦਾ ਪਾਪ ਕਿਹਨੂੰ ਮਾਰਦਾ। ਅੱਛਾ ਰੋਟੀ ਹੈ, ਮੈਨੂੰ ਜਮਾਨਾ ਦਿਆ ਕਰ। ਰੋਟੀ ਤਾਂ ਇੱਕ ਟਾਈਮ ਛੱਡ, ਤੈਨੂੰ ਤਿੰਨ ਟਾਈਮ ਦੇਵਾਂਗੀ, ਪਰ ਹੁਸ਼ਿਆਰੀ ਨਾ ਕਰ, ਇੱਕੋ ਜੇ ਰੱਖ ਦੋਨੇ ਪੁੱਤਾਂ ਨੂੰ। ਰੋਟੀ ਤਾਂ ਖਾ ਦੂ ਬੇਬੇ। ਉਧਰ ਤਾਂ ਤੂੰ ਸਾਰਾ ਘਰ ਖੋਡਾ ਕਰੀ ਜਾਂਦੀ ਹੈ, ਸਾਨੂੰ ਤੂੰ 1 ਰੁਪਿਆ ਨਹੀਂ ਦਿੰਦੀ। ਕੀ ਖੋਡਾ ਕਰੀ ਜਾਂਦੀ ਤੂੰ? ਉਸ ਨੇ ਪੁੱਤ ਦੇਣਾ ਕੀ ਹੈ? ਇਹ ਤਾਂ ਉਹ ਨਹੀਂ ਜਿਉਣ ਦਿੰਦੀ ਹੈਗੀ। ਜਿਉਣ ਨਹੀਂ ਦਿੰਦੀ ਤੈਨੂੰ ਮੈਂ। ਕੀ ਪਤਾ ਇਹਨੂੰ ਕੀ ਵਹਿਮ ਹੋ ਗਿਆ? ਕੀ ਪਤਾ ਕਾਹਦਾ ਵਹਿਮ ਹੈ? ਇਹਨੇ ਮੁੱਕ ਕਰਨਾ, ਤੂੰ ਤਾਂ ਸੱਚ ਬੋਲ ਪਾ, ਹੁਣ ਤਾਂ ਤੂੰ ਫੜ ਕੇ ਲੈ ਕੇ ਗਈ। ਮੈਂ ਨਹੀਂ ਫੜ ਕੇ ਲੈ ਗਈ, ਨਾਲੇ ਖਾਈ ਜਾਂਦੇ ਹਾਂ ਨਾਲੇ ਮੁੱਕਰੀ ਜਾਂਦੇ। ਮੈਨੂੰ ਐ ਨਹੀਂ ਸਮਝ ਆਉਂਦੀ ਹੈਗੀ, ਹੁਣ ਮੈਂ ਜਾਵਾਂ ਕਿੱਧਰ? ਫੇਕਾ ਮੈਂ ਨਹੀਂ ਲੈਂਦੀ, ਮੰਡਾਈ ਮੈਂ ਨਹੀਂ ਲੈਂਦੀ। ਨਹੀਂ ਜਾਣਾ, ਇੱਥੇ ਬੈਠ। ਬੈਠ ਕਿੱਥੇ ਮੈਨੂੰ ਬੈਠ? ਸੱਚ ਦੱਸ। ਸੱਚ ਵਾਲੀ ਕਿਹੜੀ ਗੱਲ ਹੈ? ਕਿਉਂ ਤੂੰ ਹੁਸ਼ਿਆਰੀਆਂ ਕਰਦੀਆਂ ਸਾਡੇ ਨਾਲ? ਸਮਝ ਨਹੀਂ ਮੈਨੂੰ ਤਾਂ ਦੀ। ਬੋਰ ਸੌ ਖਾਵਾਂ, ਲੱਛੀ ਦੀ ਖਾਵਾਂ? ਲੱਛੀ ਦੀ ਨਾ ਖਾਈ, ਇਸੇ ਪੁੱਤ ਦੀ ਖਾ ਜਾ ਆਪਦੇ ਦੀ। ਲੈ ਕਰ ਲੈ ਗੱਲ, ਕਿਉਂ ਇਹ ਵੀ ਪੁੱਤਾ ਹੋ ਗਈ? ਪੁੱਤਾ ਤੂੰ ਇਹਦੀ ਖਾ ਜਾ ਏਡੀ ਗੱਲ, ਤੈਨੂੰ ਕੀ ਖਾ ਜਾ? ਨਾ ਕਾਹਤੋਂ ਖਾ ਜਾ? ਜਦ ਮੈਂ ਤੁਹਾਨੂੰ ਕੁਝ ਦਿੱਤਾ ਨਹੀਂ, ਮੈਂ ਕਿਉਂ ਖਾਵਾਂ ਇਹਦੀ? ਨਾ ਖਾਵਾਂ ਇਹਦੀ ਕਿਵੇਂ ਖਾਈ? ਇਹ ਵੀ ਤਾਂ ਪੁੱਤਾ ਹੈ ਨਾ, ਉਸੇ ਦੀ ਖਾ, ਉਸੇ ਦੀ ਖਾ, ਕੋਲੇ ਰੱਖ ਲੈ ਕਰ ਤੂੰ। ਮੈਂ ਲਿਆਉਂਦੀਆਂ ਨੀ ਪੁੱਤ, ਮੈਂ ਲਗਾਈ ਕਿਹਨੂੰ? ਮੈਂ ਤੁਹਾਨੂੰ ਲੈ ਕੇ ਗਈ ਆ ਕਦੇ? ਫਿਰ ਜੇ ਮੈਂ ਪੈਨਸ਼ਨ ਲਿਆ, ਮੈਂ ਮੋਟਰਸਾਈਕਲ ਤੇ ਜਾਵਾਂ, ਇਹਦੇ ਨਾਲ ਜਾਵਾਂ, ਕਦੇ ਲਿਆਉਂਦੀ? ਦੇਖ ਲੈ, ਦੇਖ ਲੈ, ਬੈਂਕ ਦੇ ਬਿਨਾਂ ਜਾਂਦੀ ਨਹੀਂ ਹੈ, ਪਰਦੇ ਛੱਡ ਦੇ ਨਾਲ ਦਿੰਨੀ ਆ। ਅੱਜ ਮੈਂ ਅੱਖੀ ਵੇਖ ਲਈ ਦਿੰਦੀ ਤੈਂ। ਹਾਂ ਅੱਖੀ ਪੈਨਸ਼ਨ? ਹਾਂ ਪੈਨਸ਼ਨ। ਕੋਈ ਹੋਰ ਵੀ ਚੀਜ਼ ਫੜਾ ਸਕਦੀ ਆ? ਨਾ ਨਾ, ਹੋਰ ਕੁਝ ਵੀ ਨਹੀਂ, ਮੁੱਠੀ 'ਚ ਤਾਂ ਪੈਸੇ ਆਉਣਗੇ। ਅੱਛਾ, ਹੋਰ ਕੁਝ ਨਹੀਂ ਆਉਂਦਾ ਹੈ? ਨਾ ਨਾ, ਪੈਸੇ ਸੀ। ਫਿਰ ਤੈਨੂੰ ਇੰਨਾ ਸ਼ੱਕ ਸੀ ਵੀਰ ਪਰ, ਤੂੰ ਮੇਰੀ ਮੁੱਠੀ ਖਲਾ ਕੇ ਵੀ ਦੇਖ ਸਕਦੀ ਸੀ? ਮੈਨੂੰ ਮੇਰੇ ਮਾਪੇ ਨੇ ਸਿੱਖਿਆ ਨਹੀਂ ਦਿੱਤੀ ਵੀ ਕਿਸੇ ਦੀ ਮੂੰਹ ਤੇ ਬੇਇੱਜ਼ਤੀ ਕਰ, ਜਦ ਮੈਨੂੰ ਪਤਾ ਹੀ ਸੀ ਮੈਂ ਕਿਸੇ ਦੇ ਪੈਸੇ ਕੀ ਕਰਨੇ ਸੀ। ਮੈਂ ਆਪਦੀ ਹੱਕ ਸੱਚ ਦੀ ਕਮਾਈ ਤੇ ਵਿਸ਼ਵਾਸ ਰੱਖਦੀ ਹਾਂ। ਨਹੀਂ ਤੁਰਤੀ ਦੇ, ਮੈਂ ਕਿਸੇ ਪੈਸੇ ਕਰਨੇ ਤਾਂ ਮੈਂ ਬੇਬੇ ਨੂੰ ਕੱਢਦੀ ਸੀ ਪੈਰੋਂ। ਕਿੱਥੇ ਬੋਲਦੀ ਹੈ ਇਹ? ਮੁੱਕਰ ਗਈ ਤਾਂ ਮੈਨੂੰ ਬੋਲਣਾ ਪੈ ਗਿਆ, ਤਾਂ ਰੌਲਾ ਪੈ ਗਿਆ ਆਪਣੇ। ਮੁੱਕਰਨ ਵਾਲੀ ਕਿਹੜੀ ਗੱਲ ਹੈ? ਜਦੋਂ ਸੱਚੀ ਆ ਤਾਂ ਮੈਂ ਤਾਂ ਸੱਚੀ ਨੂੰ ਸੱਚੀ ਕਹੂੰ। ਹਾਂ ਬਿਨਾਂ ਬਾਤ ਬੋਲ ਤੂੰ ਬੇਬੇ, ਤੂੰ ਛੱਡ, ਤੂੰ ਲੱਛੀ ਦੀ ਸੌਂ ਕਹਿੰਦੀ ਤੀ, ਤੂੰ ਦੋਨਾਂ ਦੀ ਸੌਂ ਛੱਡ, ਠੀਕ ਹੈ? ਬੈਂਕ 'ਚ ਲੈ ਜਾ ਦੋਨੇ ਭਾਈਆਂ ਨੂੰ, ਉੱਥੇ ਵਿਖਾ ਦੇ ਤੇਰੇ ਖਾਤੇ 'ਚ ਕਿੰਨਾ ਬੈਲੈਂਸ ਹੈ। ਕਿਆ ਬੇਬੇ ਹੁਣ ਚੁੱਪ ਕਾਹਤੋਂ ਕਰ ਗਈ? ਮੇਰੀ ਗੱਲ ਸੁਣ, ਮੈਂ ਤੁਹਾਨੂੰ ਕਦੇ ਕਿਹਾ ਵੀ ਤੁਹਾਡੇ ਕੋਲ ਕੀ ਕੁਛ ਹੈ?
ਨਹੀਂ ਨਹੀਂ ਉਹ ਗੱਲ ਕਰਦੀ ਆ, ਚੱਲ ਕਿਹੜਾ ਪਤਾ ਲੱਗ ਜੂਗਾ। ਤੂੰ ਕਹਿੰਦੀ ਮੈਂ ਕਢਵਾਈ ਨਹੀਂ, ਮੇਰੀ ਇਕੱਠੀ ਹੋ ਰਹੀ ਆ, ਚੱਲ ਪਤਾ ਲੱਗ ਜੂ। ਮੈਂ ਤੈਨੂੰ ਇਹੀ ਗੱਲ ਕਹਿੰਦੀ ਆ, ਮੇਰੇ ਕੋਲ ਵੱਧ ਹੋਵੇ ਘੱਟ ਹੋਵੇ, ਬੈਂਕਾਂ ਵਾਲੇ ਪੈਸੇ ਤਾਂ ਮੈਂ ਦਿਖਾਉਂਦੀ ਹੀ ਨਹੀਂ। ਬੇਬੇ ਛੱਡੋ ਪਰੇ ਮੇਰੀ ਗੱਲ ਸਾਰੀਆਂ ਗੱਲਾਂ। ਹਾਂ ਘਰ 'ਚ ਥਵਾਕ ਰਹੇ ਕੀ ਰੋਣਾ ਪੈਨਸ਼ਨਾਂ ਤੋਂ, ਰੱਬ ਨੇ ਬਹੁਤ ਦਿੱਤਾ ਆਪਾਂ। ਆ ਦੇਖ ਲੈ ਥਵਾਕ। ਉਹ ਗੱਲ ਸੁਣ ਲਈ ਗੁੱਸਾ, ਮੈਂ ਜੇ ਤੇ ਆਣਾ ਚਾਹ ਬਣਾ ਦਾ ਜੀ, ਗੁੱਸਾ ਤਾਂ ਮੈਨੂੰ ਆਇਆ। ਚਾਹ ਬਣਾਵਾਂਗੇ ਜੀ, ਮੇਰੀ ਛੁੱਟੀ ਦਾ 1500 ਦੇ ਤਾ। ਦੇਖ ਕਿਵੇਂ ਬੁੜਕਦੀ ਐ, ਜਾਂਦੀ ਐ ਭੌਂਕਦੀ। ਇੱਧਰ ਆ ਪੁੱਤ, ਇੱਧਰ ਬੈਠ, ਪੂਰੇ ਬੈਠ ਪੁੱਤ। ਦੇਖ ਮੇਰੀ ਸੁਣ ਗੱਲ, ਡਰਨ ਦੀ ਲੋੜ ਨਹੀਂ, ਚੀਫਣ ਦੀ ਲੋੜ ਨਹੀਂ, ਠੀਕ ਹੈ? ਨਹੀਂ ਤੁਹਾਡੇ ਤਾਂ ਰੋਟੀ ਪੱਕਦੀ ਨਾ ਬੇੜੇ ਸਰ, ਜਮਾਂ ਨਾ ਮੈਨੂੰ ਰੋਟੀ ਦਿਆ ਕਰ, ਰੋਟੀ ਤਾਂ ਮੈਂ ਉਹਨਾਂ ਦੇ ਸਿਰ ਤੋਂ ਖਾਊਂ, ਪਰ ਪੈਸੇ ਤੁਹਾਨੂੰ ਦੇਊਂਗਾ, ਪਿਲਸਣ ਦੇ ਪੈਸੇ ਮੈਂ ਤੁਹਾਨੂੰ ਦੇਊਂ। ਇਹ ਨਹੀਂ ਮੇਰਾ ਪਤਾ, ਜੇ ਜ਼ਿਆਦਾ ਬੋਲਣ ਲੱਗੀ ਨਾ ਮੈਂ ਜ਼ਮੀਨ 'ਚੋਂ ਵੀ ਸਮੜਾ ਲਾ, ਤੀਜਾ ਸਮੜਾ ਕੇ ਮਨ ਕਰੇ ਮੈਂ ਉਹ ਵੀ ਤੁਹਾਨੂੰ ਦੇ ਦਾਂ। ਨਾ ਬੇਬੇ ਡਰ ਲੱਗਦਾ ਮੈਨੂੰ ਤਾਂ ਵੀਰਪਾਲ ਤੋਂ। ਕਾਹਤੋਂ ਡਰ ਲੱਗਦਾ? ਹੋਰ ਹੁਣ ਉਹ ਤਾਂ ਕਿਵੇਂ ਬੋਲਦੀ ਸੀ ਵੇਖ, ਹੁਣ ਨਾਲੇ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਹਰੇਕ ਗੱਲ ਦਾ, ਪਿਲਸਣ ਵਾਲੀ ਗੱਲ ਦਾ ਉਹਨੂੰ ਕਿਵੇਂ ਪਤਾ ਲੱਗਿਆ? ਪਿਲਸਣ ਵਾਲੀ ਗੱਲ ਤਾਂ ਤੇਰੀ ਮੁੱਠੀ 'ਚ ਨਾ ਦੇਖ ਲਏ ਹੁਣ। ਮੇਰੀ ਮੁੱਠੀ 'ਚ ਕਿੱਥੋਂ ਦੇਖ ਲਏ ਉਹਨੇ, ਕਿਸੇ ਪਾਸੇ ਦੀ ਦੇਖੇ ਹੋਣਗੇ। ਹੋਰ ਕਿ ਉਹਦਾ ਬਾਪ ਲੱਗਿਆ ਹੋਇਆ ਬੈਂਕ 'ਚ, ਵੀ ਉਹਨੇ ਪਤਾ ਕਰ ਲਿਆ? ਪਤਾ ਕਰਨ ਨੂੰ ਵੀ ਕੋਈ ਵੱਡੀ ਗੱਲ ਨਹੀਂ ਹੈਗੀ, ਡਰ ਡਰਨ ਦੀ ਲੋੜ ਨਹੀਂ ਹੈਗੀ, ਮੈਂ ਤਾਂ ਪੈਸੇ ਤੁਹਾਨੂੰ ਹੀ ਦਿਆ ਕਰੂੰਗੀ। ਜਾਈ ਚੱਲਦਾ ਰਿਹਾ ਫਿਰ ਆਏ ਨਹੀਂ, ਫਿਰ ਲੋਟ ਆਉਂਦਾ, ਫਿਰ ਮੈਂ ਤਾਂ ਫਿਰ ਬਾਗਲ 'ਚ ਕੋਠੀ ਪਾ ਲੂੰਗਾ। ਪਾਣੀ ਪੁੱਤ, ਫਿਰ ਬਾਗਲ 'ਚ ਕੋਠੀ ਪਾਣੀ, ਫਿਰ ਮੈਨੂੰ ਤਾਂ ਉੱਥੇ ਰੱਖੋਗੇ ਨਾ ਤੁਸੀਂ? ਤੈਨੂੰ ਹਾਂ ਰੱਖ ਲਾਂਗੇ, ਤੈਨੂੰ ਦੇਖ, ਹਾਂ ਦੇਖ ਲਾਂ ਰੱਖ ਲਾਂਗੇ। ਹੈਂ ਫਿਰ ਮੈਨੂੰ ਤਾਂ ਰੱਖੋਗੇ ਨਾ? ਚਲੋ ਤਾਂ ਫਿਰ ਦੇਖਾਂਗੇ, ਰੱਖ ਰੱਖ ਲਾਂਗੇ, ਪਤਾ ਲੱਗੂਗਾ ਵੀ ਕਿਵੇਂ ਜੀ ਕਰਨਾ ਹੈਗਾ, ਕਿਵੇਂ ਸਭ ਕਿਤਾਬ ਨਾਲ ਉਹ ਵੀ ਹਜੇ ਬਾਅਦ ਕੀ ਪਤਾ ਲੱਗੂਗਾ। ਹੋਰ ਫਿਰ ਨਾ ਨਾ ਰੱਖ ਦੇਖ ਲਾਂਗੇ। ਬਸ ਮੈਂ ਤੈਨੂੰ ਇੱਕੋ ਹੀ ਗੱਲ ਕਹਿਤੀ ਪੁੱਤ, ਰਹੂੰਗੀ ਤਾਂ ਮੈਂ ਤੁਹਾਡੇ ਨਾਲ ਹੀ, ਠੀਕ ਹੈ? ਠੀਕ ਹੈ, ਹਾਂ ਰਹੂੰਗੀ ਮੈਂ ਤੁਹਾਡੇ ਨਾਲ ਹੀ। ਕੀ ਕਰਾਉਣਾ ਸੀ 1500 ਦੀ ਪੈਨਸ਼ਨ ਦਾ ਤੂੰ? ਲੈ ਫਿਰ ਮੈਂ ਕਿਹੜਾ ਛੇੜ ਲੈਣਾ ਜੱਬ, ਹੁਣ ਰੱਖ ਲੈ ਬੁੜੀ ਨੂੰ। 1500 ਦਾ ਤਾਂ ਬਾਲਾ ਸਹਾਰਾ ਲੱਗਦਾ ਹੈ। ਕੀ ਸਹਾਰਾ ਲੱਗੇ ਨੇ 1500 ਦਾ? ਸਹਾਰਾ ਕਿਉਂ ਨਹੀਂ ਲੱਗਦਾ ਹੈਗਾ? ਕੀ ਹੋਣਾ ਇੰਨੀ ਮਹਿੰਗਾਈ ਚ 1500 ਦਾ? ਲੈ ਸੂਟ ਆ ਜਾਂਦਾ ਹੈ, ਜੁੱਤੀਆਂ ਆ ਜਾਂਦੀਆਂ ਨੇ, ਤੁਹਾਡੇ ਤੋਂ ਮੰਗੇ ਕਦੇ ਮੈਂ ਜੁੱਤੀਆਂ ਸੂਟ ਵਾਸਤੇ? ਤੂੰ ਰੱਖਣੀ ਜੇ ਪੱਕੇ ਰਹਿਣ ਲੱਗ ਗਈ ਉਹ, ਹਜੇ ਤਾਂ ਤੁਰੀ ਫਿਰਦੀ ਹੈਗੀ, 4 ਸਾਲ ਨੂੰ ਮੰਜੇ 'ਚ ਬਹਿ ਜੂਗੀ, ਕਿੱਥੋਂ ਚੱਕ ਲੈ ਧਰ ਲਿਆ ਕਰ ਲੇਗੀ, ਕਿੱਥੋਂ ਕੱਪੜੇ ਧੋਦਿਆ ਕਰੇਗੀ ਉਹਦੇ? ਵੀਰਪਾਲ ਜਿਹੜੀ ਨੂੰ ਰਜਾ ਦਿੰਦੀ ਹੈ, ਉਹਨੂੰ 100 ਕੁਛ ਮੰਗਦੀ ਹੈ ਖਾਣ ਵਾਸਤੇ, ਕਦੇ ਦਲੀਆ ਕਦੇ ਰੋਟੀ, ਫਿਰ ਉੱਤੋਂ ਹਸਪਤਾਲਾਂ ਦੇ ਖਰਚੇ, ਨਾਲੇ ਜਦੋਂ ਬਾਗਲ 'ਚ ਆਪਾਂ ਕੋਠੀ ਪਾਵਾਂਗੇ ਉੱਥੇ ਇਹਨਾਂ ਬੁੜੀਆਂ ਨੂੰ ਉੱਥੇ ਰਹਿਣਾ ਆਉਂਦਾ ਹੁੰਦਾ ਹੈਗਾ, ਉਹ ਤਾਂ ਗੰਦ ਪਾ ਦਿਆ ਕਰੂਗੀ। ਮੈਂ ਤਾਂ ਦੋਨਾਂ ਦਾ ਸੋਚੀ ਬੈਠਾ ਸੀਗਾ, ਇਹ ਕਦੇ ਥੁੱਕਦਾ ਕਦੇ ਕੁਛ ਕਰਦਾ, ਕਦੇ ਤੂੰ ਪੋਚੇ ਲਾ ਦਿਆ ਕਰੇ, ਕਦੇ ਅੰਦਰ ਵੜ ਜਾ ਕਰੂ ਉਹਦੇ ਪੈਰ ਲਵੇੜ ਕੇ। ਫਿਰ ਐਵੇਂ ਹੀ ਬੋਲੀ ਜਾਂਦੇ ਹੋ, ਬੇਬੇ ਨੂੰ ਤੀਜਾ ਹਿੱਸਾ ਆਪਾਂ ਨੂੰ ਦਊਗੀ ਨਹੀਂ ਹੁਣ ਜ਼ਮੀਨ ਦਾ, ਉਹਨੇ ਕਿਹਾ ਨਹੀਂ ਹੁਣ ਤੇਰੇ ਸਾਹਮਣੇ? ਇੰਨੇ ਆਈ ਮਿਲ ਜਾਂਦੇ ਨੇ ਤੀਜਾ ਹਿੱਸੇ? ਕਿਉਂ ਤੀਜਾ ਹਿੱਸਾ ਆਪਾਂ ਨੂੰ ਬੇਬੇ ਦੇ ਨਹੀਂ ਸਕਦੀ? ਦੇ ਸਕਦੀ ਹੈ, ਚੱਲ ਜੇ ਤੀਜਾ ਹਿੱਸਾ ਉਹ ਆਪਣਾ ਕਰਦੀ ਹੈਗੀ, ਚੱਲ ਜੇ ਤੀਜਾ ਹਿੱਸਾ ਦੇ ਵੀ ਦਿੱਤਾ ਯਾਰ ਰੱਖਦਾ ਤਾਂ ਮੈਂ ਤਾਂ ਵੀ ਨਹੀਂ ਹੈਗਾ। ਮੈਂ ਚੰਗਾ ਫਿਰ ਹੌਲੀ ਬੋਲੋ ਉਧਰ। ਚੱਲ ਠੀਕ ਹੈ, ਚੰਗਾ ਮੈਂ ਤਾਂ ਬਾਹਰ ਜਾ ਕੇ ਆਉਂਦਾ। ਕੁੜੇ ਕੱਪੜੇ ਨਖੇਰ ਤੇ ਸਮਾਰ ਕੇ। ਬੇਬੇ ਨਖੇਰ ਤੇ? ਮੈਂ ਤਾਂ ਕੱਪੜੇ 4 ਦਿਨਾਂ ਦੇ ਪਏ ਸੀ ਤੇਰੇ ਕੱਪੜੇ ਸਿੱਟੇ, ਤੇਰੀ ਲਾੜਲੀ ਨੇ ਧੋਤੇ ਵੀ ਨਾ। ਚਾਰ ਪਾਣੀ ਲਿਆਵਾਂ? ਪਾਣੀ ਤਾਂ ਫੇਰ ਲਿਆਈ, ਬਹਿ ਜਾ ਉਰੇ। ਤੂੰ ਆਹ ਗੱਲ ਮੈਨੂੰ ਕੀ ਕਹੀ ਹੈ ਵੀ ਕੱਪੜੇ ਨਹੀਂ ਧੋਤੇ ਤੇਰੇ? ਹੋਰ ਬੇਬੇ 2 ਦਿਨ ਹੋ ਗਏ ਦੇਖਦੀ ਨੂੰ, ਧੋਤੇ ਨਹੀਂ। ਮੈਨੂੰ ਵੀ ਚੱਲ ਗੁੱਸਾ ਸੀ ਇਸ ਗੱਲ ਦਾ, ਮੈਂ ਵੀ ਧੋਤੇ ਨਹੀਂ, ਮੈਂ ਚੱਲ ਦੇਖਦੀ ਹਾਂ। ਆਪਦੇ ਧੋ ਕੇ ਪਾਤੇ, ਉਹ ਜਿਹੜਾ ਪਿੱਛੋਂ ਲਾਇਆ ਸੀ ਉਹ ਵੀ ਤੇ ਤਾਂ ਸਾਰੇ ਧੋ ਕੇ ਸਾਂਭੇ ਹੀ ਤੈਅ ਮਾਰ ਕੇ। ਫਿਰ ਹੁਣ ਮੈਨੂੰ ਤਾਂ ਧੋਣੇ ਪਏ, ਮੈਨੂੰ ਤਾਂ ਸ਼ਰਮ ਆਈ। ਆਹ ਦੇਖ ਲੈ ਤੇਰੇ ਧੋਤੇ ਪਏ। ਨਹੀਂ ਤੂੰ ਧੋਣ ਨੂੰ ਕਹਿ ਕੇ ਕੀ ਸੁਣਾਉਂਦੀ ਹੈ? ਨਾ ਧੋਂਦੀ ਸੁਣਾਉਂਦੀ ਨਹੀਂ ਬੇਬੇ, ਮੈਂ ਤਾਂ ਉਹ ਗੱਲ ਕਰਦੀ ਹਾਂ, ਤੂੰ ਮੈਨੂੰ ਚੰਗਾ ਫੇਰ ਵੀ ਨਹੀਂ ਕਹਿੰਦੀ, ਮੈਂ ਕਿੰਨੇ ਹੀ ਕਰੀ ਜਾਵਾਂ। ਤੂੰ ਮੇਰੀ ਗੱਲ ਸੁਣਦੀ ਹੈ? ਕਦੇ ਦਰਿਆਂਤ ਨਹੀਂ ਕੀਤੀ। ਮੇਰੀ ਗੱਲ ਸੁਣ,
ਉਹਨਾਂ ਦਾ ਟੱਬਰ ਹੈਗਾ ਪੜ੍ਹਿਆ ਲਿਖਿਆ ਜਾ, ਉਹ ਤਾਂ ਕੱਪੜੇ ਉੱਥੇ ਹੀ ਰੱਖ ਦਿੰਦੇ ਨੇ, ਮੇਰੇ ਵਰਗੀ ਤੇਰੇ ਵਰਗੀ ਦੇ ਮਗਰ ਲੱਗ ਜਾਂਦੀ ਹੈ, ਤੂੰ ਤਾਂ ਚੱਕ ਕੇ ਸੁਥਰੀਆਂ ਅੰਦਰ ਮੰਜੇ 'ਤੇ ਧਰ ਦਿੰਦੀ ਹੈ, ਉਵੇਂ ਜਿਵੇਂ ਮੈਂ ਧਰ ਲੱਗ ਗਈ। ਮੰਜੇ 'ਤੇ ਕਿਉਂ ਧਰਦੇ ਹੋਏ? ਆਪਣੇ ਇੱਕ ਪਾਸੇ ਮੇਜ਼ ਤਾਂ ਲੱਗਾ ਹੋਇਆ ਕੱਪੜੇ ਧੋਣ ਨੂੰ, ਉੱਥੇ ਰੱਖੇ ਹੁੰਦੇ ਸਾਰੇ, ਉੱਥੇ ਰੱਖੇ ਹੁੰਦੇ ਨੇ ਨਾ। ਫਿਰ ਇਹਨਾਂ ਦੇ ਤੂੰ ਜਾ ਕੇ ਦੇਖੀ ਕਰੇ, ਇਹ ਐਂ ਨਹੀਂ ਰੱਖਦੀਆਂ। ਟੋਕਰੀਆਂ ਹੋਣੀਆਂ ਇਹਨਾਂ ਦੇ, ਹੋਰ ਕੀ ਹੈ? ਐਡੀ ਕੀ ਗੱਲ, ਚਾਹੇ ਟੋਕਰੀ 'ਤੇ ਧਰ ਲਓ ਚਾਹੇ ਉਹਤੇ, ਕੋਈ ਗੱਲ ਆਪਾਂ ਤਾਂ ਧਰਦੇ ਆ ਅੰਦਰ ਤੇਰੇ ਮਗਰ ਲੱਗ ਕੇ। ਕੈ ਸਾਲ ਹੋ ਗਿਆ ਇਹਨੂੰ ਪਤਾ ਹੀ ਆਪਣੇ ਧੋਣ ਵਾਲੇ ਕੱਪੜੇ। ਮੇਰੀ ਵੀ ਸੁਣ ਲੈ ਗੱਲ, ਤੂੰ ਮੇਰੀ ਕਿਉਂ ਨਹੀਂ ਸੁਣਦੀ? ਤੂੰ ਆਪਦੀਆਂ ਮਾਰੀ ਜਾਂਦੀ ਹੈ। ਉਹ ਕੱਪੜੇ ਨਾ ਬਾਹਰ ਹੀ ਰੱਖਦੇ ਨੇ ਮਸ਼ੀਨ ਵਾਲੇ 'ਚ, ਧੋ ਕੇ ਬਸ ਮਸ਼ੀਨ ਨਾਲ ਪਾ ਦਿੰਦੇ ਨੇ। ਆਪਣਾ ਸੁਭਾਅ ਮੈਂ ਤੇਰੇ ਮਗਰ ਲੱਗ ਗਈ ਅੱਗੇ ਮੈਂ ਬਾਹਰ ਰੱਖਦੀ ਹੁੰਦੀ, ਤੂੰ ਚੱਕ ਕੇ ਕੱਪੜੇ ਅੰਦਰ ਰੱਖ ਦਿੰਦੀ ਹੈ ਮੇਜ਼ 'ਤੇ, ਉਵੇਂ ਜਿਵੇਂ ਮੈਂ ਰੱਖਤੇ। ਉਹਨੂੰ ਕੀ ਸੁਪਨਾ ਆਉਂਦਾ ਵੀ ਕੱਪੜੇ ਅੰਦਰ ਪਏ ਨੇ ਬੇਬੇ ਦੇ? ਬਾਬੇ ਐਂ ਤਾਂ ਪਤਾ ਹੀ ਹੈ ਵੀ ਆਹ ਕੱਪੜੇ ਧੋਣ ਵਾਲੇ ਨੇ, ਇੱਥੇ ਆਪਾਂ ਰੱਖਦੇ ਹਾਂ, ਕੈ ਸਾਲ ਹੋ ਗਿਆ ਇਹਨੂੰ ਪਤਾ ਹੀ ਨਹੀਂ ਕਿੱਥੇ ਹੁੰਦੇ ਨੇ ਧੋਣ ਵਾਲੇ ਕੱਪੜੇ। ਐਂ ਫਿਰ ਉਹ ਮੇਰੇ ਕੱਪੜੇ ਫਰੋਲਦੀ ਫਿਰਦੀ ਹੈ, ਜੇ ਤੈਂ ਦੋ ਤਾਂ ਫਿਰ ਕੀ ਲੋੜ ਆ ਗਿਆ? ਫਿਰ ਮੈਂ ਤੇਰੇ ਕੱਪੜੇ ਫਰੋਲਦੀ ਹਾਂ? ਜਦੋਂ ਤੈਂ ਧਰਤੇ ਉੱਥੇ, ਤੇਰੇ ਮਗਰ ਲੱਗ ਕੇ ਮੈਂ ਵੀ ਅੰਦਰ ਧਰਤੇ। ਮੇਰੇ ਮਗਰ ਲੱਗਣ ਦੀ ਕੀ ਲੋੜ ਤੀ, ਉਹਦੀ ਟੋਕਰੀ 'ਚ ਧਰਦਾ ਕਰਦੀ ਕੀ ਸਾਰਾ ਦਿਨ ਬੇਬੇ ਚੀਂ ਚੀਂ ਕਰੀ ਜਾਂਦੀ ਰਹਿੰਦੀ ਹੋ ਗਿਆ? ਪਤਾ ਨਹੀਂ ਲੈ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ, ਸੁਣ ਲੈ ਇਸੇ ਤੋਂ, ਸੁਣ ਲੈ ਕੱਪੜਿਆਂ ਦੀ ਗੱਲ ਸੀ ਭੈਣੇ, ਮੈਂ ਤੇਰੇ ਕੱਪੜੇ ਧੋ ਕੇ ਪਾਤੇ, ਮੈਂ ਦੋ ਦਿਨਾਂ ਦੇ ਪਏ ਸੀ, ਮੈਂ ਮੈਨੂੰ ਵੀ ਉਹਦੇ ਗੁੱਸਾ ਸੀ ਪੈਨਸ਼ਨ ਵਾਲੀ ਗੱਲ ਪਿੱਛੇ, ਮਹਾਰਾਜ ਨੇ ਧੋਤੇ ਨਹੀਂ, ਮੈਂ ਦੇਖੀ ਗਈ ਇਸੇ ਵਿੱਚ ਕਚੀਰਾ ਜਿਹਾ ਕਰੀ ਜਾਂਦੀ। ਮੈਂ ਇਹਦੇ ਕੱਪੜੇ ਦੇਖੇ ਹੀ ਨਹੀਂ, ਟੋਕਰੀ 'ਚ ਜਿਹੜੇ ਪਏ ਸੀ ਮੈਂ ਧੋਤੇ। ਉੱਥੇ ਤਾਂ ਪਏ ਸੀ ਭੈਣੇ ਮੇਜ਼ 'ਤੇ ਕੱਪੜੇ, ਮੇਰੇ ਤੇ ਬਾਬਲੀ ਦੇ ਸੂਟ ਪਏ ਸੀ, ਉਹ ਮੈਂ ਧੋਤੇ, ਮੈਂ ਦੇਖੇ ਹੀ ਨਹੀਂ ਜਦੋਂ ਇਹਦੇ ਕੱਪੜੇ ਨਹੀਂ। ਵੇਖ ਤਾਂ ਸਕਦੇ ਆ ਭੈਣੇ, ਕੱਪੜੇ ਵੀ ਸਾਰੇ ਹੈਗੇ ਆ ਵੀ ਧੋਣ ਵਾਲੇ। ਪਰ ਤੂੰ ਸਾਰਾ ਦਿਨ ਮੇਰੇ ਮਗਰ ਹੀ ਪਈ ਰਹਿੰਦੀ ਆ, ਕੀ ਗੱਲ ਹੈ? ਮੈਂ ਕਾਹਨੂੰ ਮਗਰ ਪਈ ਆ, ਮੈਂ ਤਾਂ ਸੁੱਤੇ ਗੱਲ ਕਰਦੀ ਸੀ ਭੈਣੇ ਬੇਬੇ ਨਾਲ। ਆ ਬੇਬੇ ਕਿਹੜਾ ਖੜਦੀ ਆ, ਸਾਰਾ ਦਿਨ ਪਿੰਡ 'ਚ ਕਿਤੇ ਉਹਨਾਂ ਦੇ ਵੜ ਗਈ, ਕਦੇ ਉਹਨਾਂ ਦੇ ਵੜ ਗਈ, ਤਿੰਨ ਤਿੰਨ ਸੂਟ ਕਰ ਦਿੰਦੀ ਆ ਧੋਣ ਵਾਲੇ। ਫਿਰ ਉਹ ਤਾਂ ਧੋਣੇ ਪੈਂਦੇ ਨੇ ਭੈਣੇ, ਮੈਂ ਵੀ ਧੋਣੀ ਆ। ਸਾਰਾ ਦਿਨ ਤੇਰੀ ਕੱਪੜੇ ਧੋਈ ਚੱਲੋ, ਮੈਥੋਂ ਨਹੀਂ ਧੋਤੇ ਜਾਂਦੇ ਹੈਗੇ, ਇਸ ਉੱਤੇ ਧਵਾ ਲਿਆ ਕਰ ਕੱਪੜੇ, ਨਾਲੇ ਰੋਟੀ ਵੀ ਤੈਨੂੰ ਇਹੀ ਦੇ ਦਿਆ ਕਰੂਗੀ, ਮੈਥੋਂ ਨਹੀਂ ਦਿੱਤੀ ਜਾਂਦੀ ਰੋਟੀ, ਰੋਟੀ ਮੇਰੇ ਇੱਕ ਟਾਈਮ ਦੀ ਉਹ ਵੀ ਨਹੀਂ ਦੇ ਸਕਦੀ ਹੈਗੀ। ਪੁੱਤਾ ਕੀ ਹੋ ਗਿਆ ਤੈਨੂੰ, ਬਲੱਡ ਵੱਧ ਗਿਆ ਤੇਰੇ ਤਾਂ, ਜਾ ਪੁੱਤ ਗੋਲੀ ਲੈ ਲੈ ਜਾ ਕੇ। ਮੈਂ ਕਦੇ ਕੰਮ ਕਰਿਆ ਨਹੀਂ, ਵਾਸਤਾ ਨਹੀਂ ਇਹਨਾਂ, ਸਾਰਾ ਦਿਨ ਆਹ ਕਰ ਲਾ, ਉਹ ਕਰ ਲਾ, ਉਹ ਕਰ ਲਾ ਕਰ ਲੱਗੀ ਨੇ, ਮੈਥੋਂ ਤਾਂ ਹੁੰਦਾ ਨਹੀਂ ਪਈ ਤੁਹਾਡਾ ਕੰਮ। ਕੋਈ ਨਾ ਪੁੱਤ, ਫਿਰ ਕਿਉਂ ਗਿਆ ਤੂੰ ਗੋਲੀ ਲੈ ਲੈ, ਬਲੱਡ ਵੱਧ ਗਿਆ ਤੇਰੇ ਤਾਂ, ਵੱਧ ਗਿਆ, ਗੋਲੀ ਲੈ ਲੈ, ਗੋਲੀ ਲੈ ਲੈ, ਹਾਏ ਮੈਂ ਮਰ ਜਾ, ਬਲੱਡ ਵੱਧ ਗਿਆ। ਇਹੀ ਇਹ ਜੀ ਆ ਰੁੱਖੀ ਹੋ ਐ, ਦੇ ਲੈ ਪੈਨਸ਼ਨਾਂ ਮੁੱਠੀਆਂ ਚ ਇਹਦੀਆਂ ਚ, ਲੈ ਲੈ ਰੋਟੀ, ਧਵਾ ਲਾ ਕੱਪੜੇ। ਰੋਟੀ ਨੂੰ ਹਜੇ ਵੀ ਮਿੱਠੇ ਪੋਚੇ ਮਾਰਨੇ ਨਹੀਂ ਆਉਂਦੀ? ਨਾ ਨਾ ਨਾ, ਜਾਣ ਦਿਆ ਕਰ ਤੂੰ। ਨਹੀਂ ਨਹੀਂ, ਨਾਲੇ ਛੱਤਰ ਖਾਨੀ ਆ, ਨਾਲੇ ਦਿੰਨੀ ਆ ਉਧਰ। ਨਹੀਂ ਨਹੀਂ, ਬਲੱਡ ਵੱਧ ਗਿਆ ਉਹਦਾ, ਉਹਨੇ ਐ ਬੋਲਦੀ ਹੁੰਦੀ, ਉਹ ਤਾਂ ਪੜ੍ਹੇ ਲਿਖੇ ਪਰਿਵਾਰ ਦੀ ਕੁੜੀ, ਉਹ ਇੰਨਾ ਕਿੱਥੋਂ ਬੋਲਦੀ ਐ, ਬਲੱਡ ਵੱਧ ਗਿਆ। ਪੜ੍ਹੇ ਲਿਖੇ ਪਰਿਵਾਰ ਦੀ ਮੰਨਦੀ ਆ, ਜਿਹੜੀ ਤੈਨੂੰ ਟੁਕੜੇ ਨੂੰ ਜਵਾਬ ਦੇਗੀ, ਹੱਥ ਜੋੜਗੀ, ਇੱਕ ਟੁਕੜਾ ਵੀ ਨਹੀਂ ਦੇ ਸਕਦੀ, ਇਹਨੂੰ ਤੂੰ ਪੜ੍ਹਿਆ ਲਿਖਿਆ ਕਹਿਨੀ ਐ। ਚੱਲ ਤੂੰ ਨਾ ਦੇ ਫਿਰ, ਮੈਨੂੰ ਤੇਰੀ ਰੋਟੀ ਦੀ ਕੋਈ ਜ਼ਰੂਰੀ ਨਹੀਂ ਬੇਬੇ, ਨਾ ਇਹ ਜੇ ਲੰਗਰਾਂ ਨਾਲੋਂ ਤਾਂ ਮੈਂ ਉਹੀ ਚੰਗੀ ਆ ਬੇਬੇ। ਨਾ ਕਿਵੇਂ ਦਈਏ, ਮਾਂ ਗਈ ਸਾਡੀ, ਰੋਟੀ ਦਾ ਤਾਂ ਹੱਕ ਬਣਦਾ ਸਾਡਾ ਦੇਣ ਦਾ। ਬੇਬੇ ਹੁਣ ਤੂੰ ਕਿੰਨੀ ਪੱਕੀ ਆ ਹਨਾ, ਵੀ ਛੋਟੇ ਨੂੰ ਪੁੱਤ ਦਾ ਤਾਂ ਕਰਨਾ ਹੀ ਨਹੀਂ, ਰਾਸਤੇ ਬਾਬਲੀ ਦੇ ਹੀ ਕਿੰਨਾ ਕਰਦੀ ਆ, ਭਾਵੇਂ ਤੈਨੂੰ ਗਲਗੁੱਠਾ ਦੇ ਕੇ ਮਾਰ ਦੇਣਾ, ਫਿਰ ਵੀ ਤੂੰ ਰੱਬ ਕੋਲੇ ਜਾ ਕੇ ਐਂ ਆਖੇਂਗੀ ਮੇਰੇ ਵੱਡੇ ਨੂੰ ਪੁੱਤ ਚੰਗੇ ਸੀ, ਸਾਨੂੰ ਤੂੰ ਚੰਗਾ ਨਹੀਂ ਕਹਿੰਦੀ। ਓਹੋ, ਮੈਂ ਤਾਂ ਤੇਰਾ ਕਿਤੇ ਉੱਥੇ ਜਾ ਕੇ ਨੰਬਰ ਨਾ ਲਵਾ ਦਾਂ ਵੀ ਮੇਰੇ ਇਹ ਚੰਗੇ ਨੇ। ਤੂੰ ਚੰਗੀ ਕਿਹੜੇ ਵੇਲੇ ਐ, ਜਦੋਂ ਤੂੰ ਮੈਨੂੰ ਸਿੱਧੇ ਮੱਥੇ ਕਹਿਤਾ, ਕਹਿੰਦੀ ਕਿ ਮੈਂ ਤੇਰੇ ਕੱਪੜੇ ਧੋਤੇ। ਤਾਂ ਇਹ ਨਹੀਂ ਕਿਹਾ ਸੀ ਬੇਬੇ, ਉਹ ਗੱਲ ਕਰਦੀ ਸੀ ਨੋਰਮਲ, ਕੱਪੜੇ ਨਹੀਂ ਧੋਤੇ ਤੀ, ਮੈਂ ਨਹੀਂ ਧੋਊਂਗੀ, ਹੋਰ ਕੌਣ ਧੋਊ ਕੱਪੜੇ? ਮੈਨੂੰ ਨਹੀਂ ਪਤਾ, ਜਰਕ ਦੇ ਨੇ ਕਹਿਤਾ। ਕਿੱਥੇ ਲੈ ਜਾਂਦੀ ਆ ਬੇਬੇ ਤੂੰ, ਗੱਲ ਤਾਂ ਮੈਂ ਸਿੱਧੀ ਕਰਦੀ ਸੀ। ਉਹਦਾ ਬਲੱਡ ਵੱਧ ਗਿਆ, ਐ ਨਾ ਸੋਚ। ਮੈਂ ਤੈਨੂੰ ਮਾਂ ਬਣਾਉਣੀ ਆ, ਤੂੰ ਮੇਰੀ ਮਾਂ ਕਿਉਂ ਨਹੀਂ ਬਣਦੀ, ਇੰਨਾ ਕਰਦੀ ਆ ਮੈਂ ਤੇਰਾ। ਫਿਰ ਐਲਾ ਕਹਿੰਦਾ ਨੂਹਾਂ ਮਾੜੀਆਂ ਨੇ, ਨੂਹਾਂ ਨਹੀਂ ਮਾੜੀਆਂ ਬੇਬੇ, ਕਮੀ ਤਾਂ ਸੱਸਾਂ 'ਚ ਹੀ ਹੁੰਦੀ ਹੈ। ਕੋਈ ਕਮੀ ਨਹੀਂ, ਨੂਹਾਂ ਪੁੱਤਾਂ ਨੂੰ ਇੱਕੋ ਜਿਹਾ ਨਹੀਂ ਸਮਝਦੀਆਂ। ਆਹ ਸਮਝਦੀਆਂ ਨਹੀਂ, ਨੂਹਾਂ ਪੁੱਤਾਂ ਨੂੰ ਇੱਕੋ ਜਿਹਾ ਸਮਝਦੇ ਆ, ਇੱਕੋ ਜਿਹਾ ਕਿਉਂ ਨਹੀਂ ਸਮਝਦੇ? ਨਾ ਨਾ ਸਮਝਦੀ ਨਹੀਂ, ਜੇ ਸਮਝਦੀ ਹੋ ਮੈਂ ਕੁਛ ਕਿਉਂ ਹੋਵੇ ਆਪਣੇ ਘਰੇ? ਤੂੰ ਤਾਂ ਕਿਸੇ ਦਾ ਦੁੱਖ ਸੁੱਖ ਵੀ ਨਹੀਂ ਸਮਝਦੀ।
ਉਹ ਤੋਂ ਚੱਲ ਨਹੀਂ ਮੇਰਾ ਸੂਟ ਧੋਤਾ ਗਿਆ, ਬਲੱਡ ਵੱਧ ਗਿਆ, ਫਿਰ ਕਿੱਡੀ ਕੁ ਵੱਡੀ ਗੱਲ ਹੈ? ਬਲੱਡ ਵਧੇ 'ਚ ਹੀ ਕਿਹਾ ਉਸਨੇ ਵੀ ਮੈਂ ਤੈਨੂੰ ਰੋਟੀ ਨੀ ਦਿੱਤੀ ਨੀ ਜਾਂਦੀ, ਉਹ ਨੀ ਕਹਿੰਦੀ, ਉਹ ਤਾਂ ਮੈਨੂੰ ਤੁਰਤ ਦਿੰਦੀ ਆ ਬਣਾ ਕੇ। ਅੱਛਾ, ਹਾਂ ਕੋਈ ਦੇਖੀ ਨੀ ਕਦੇ ਤੁਰਤ ਬਣਾ ਕੇ ਤੇਰੇ ਕਰਨ ਦਾ ਕੀ ਹੈ? ਮਰਜੀ ਮਿੱਠੇ ਮਿੱਠੇ ਪੋਚੇ ਮਾਰੀ ਜਾ, ਲੈ ਵਾਹ ਨੀ ਤੇਰੇ ਮਿੱਠੇ ਪੋਚੇ ਤਾਂ ਵਾਲੇ ਪਾਉਣੇ ਨਾਲ ਤੇਰੇ ਟੰਬੇ ਲਾਉਂਦੇ ਨੇ, ਨਾ 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 ਨਾਲ ਛਿੱਤਰ ਲਾਉਂਦੇ ਨੇ, ਹਜੇ ਮਾੜਾ ਨੀ ਕਹਿੰਦੀ। ਲੈ ਕਿੰਨਾ ਬੋਲਦੀ ਹੈ, ਹਾਏ ਹਾਏ, ਉਹ ਤਾਂ ਵਿਚਾਰੇ ਕਦੇ ਵੀ ਨਹੀਂ ਮੇਰੇ ਮੂਹਰੇ ਬੋਲੇ, ਅੱਜ ਵਿਚਾਰੀ ਦਾ ਬਲੱਡ ਵੱਧ ਗਿਆ, ਉਸੇ ਗੱਲ ਦੇ ਮਿਹਣੇ ਦੇ ਕੇ ਗਈ ਹੈ। ਹਾਂ ਵਧਿਆ ਤਾਂ ਬਲੱਡ ਹੀ ਹੈ ਉਹਦਾ, ਮੈਨੂੰ ਵੀ ਐਂ ਲੱਗਦਾ ਵੀ ਬਲੱਡ ਵੱਧ ਗਿਆ। ਹੋਰ ਦੇਖਾਂ ਅੰਦਰ ਜਾ ਕੇ ਕਿਵੇਂ ਹੈ। ਵੇ ਪੁੱਤ ਬਾਬਲੀ ਪੂਰੇ ਬੈਠ ਮੇਰੇ ਕੋਲ। ਬੈਠੀ ਆ, ਦੱਸ ਕੀ ਕਹਿੰਦੀ ਆ? ਕੋਈ ਗੱਲ ਨੀ, ਤੂੰ ਮਾੜਾ ਜਾ ਬੈਠ ਤਾਂ ਜਾ, ਛੱਡ ਤਾਂ ਨੀ ਪੈਂਦਾ, ਬੈਠ ਜਾਂਦਾ, ਬਹਿ ਜਾ। ਮੇਰੀ ਗੱਲ ਸੁਣ ਪੁੱਤ, ਮੈਂ ਤਾਂ ਨਾ 3-4 ਦਿਨ ਹੋ ਗਏ, ਨਾ ਤਾਂ ਮੇਰੀਆਂ ਲੱਤਾਂ ਬਾਹਰ ਚੜ੍ਹਦੀਆਂ, ਨਾਲੇ ਐਡੇ ਐਡੇ ਸੁੱਜੇ ਪਏ ਨੇ ਪੈਰ। ਅੱਛਾ, ਠੀਕ ਹੈ, ਗਰਮੈਸ ਜੀ ਵਾਂਗੂ ਵਾਲਾ ਹੋ ਰਿਹਾ, ਮੇਰੇ ਤਾਂ ਅਲਰਜੀ ਜੀ ਖਤਮ ਹੀ ਹੋ ਰਹੀ ਹੈ। ਅੱਛਾ, ਮੇਰਾ ਚੇਅਰਮੈਨ ਤਾਂ ਦਵਾਈ ਦਵਾ ਕੇ ਲਿਆ, ਕਿਸੇ ਵਧੀਆ ਜਿਹੇ ਡਾਕਟਰ ਨੂੰ ਦਿਖਾ ਲਿਆ। ਦਵਾਈ ਨੂੰ ਕੀ ਹੈ, ਇੰਨੇ ਤਾਂ ਗੋਲੀਆਂ ਪਈਆਂ ਨੇ, 20 ਵਾਰ ਤਾਂ ਦਵਾਈ ਦਵਾ ਦਿੱਤੀ, ਉਹਨਾਂ ਚੋਂ ਤੂੰ ਲੈ ਲੈ ਗੋਲੀ ਚੱਕ ਕੇ। ਉਹ ਗੋਲੀਆਂ ਕੰਮ ਨਹੀਂ ਕਰਦੀਆਂ, ਮੈਂ ਤੈਨੂੰ ਐਂ ਕਹਿੰਦੀ, ਤੂੰ ਤਾਂ ਅੰਦਰ ਨਹੀਂ ਵੜਨ ਦਿੰਦੀ, ਸਾਡੇ ਖੇੜਾ ਕੋਈ ਟੈਸਟ ਨਹੀਂ ਹੋਇਆ ਸਾਡੇ ਖੇੜਾ ਪਰਾਂ। ਕਿਉਂ ਬੇਬੇ, ਕੀ ਕਹਿੰਦਾ ਬਾਈ ਦਵਾਈ ਨੂੰ? ਉਹਨੇ ਤਾਂ ਕੁਛ ਨਹੀਂ ਕਿਹਾ। ਕਿਹਾ ਕਿਉਂ ਨਹੀਂ ਜਵਾਬ ਦਿੱਤਾ? ਗਾ ਨਾ, ਐਂ ਨਹੀਂ ਜਵਾਬ ਦਿੱਤਾ, ਉਹ ਐਂ ਕਹਿੰਦਾ ਤੀ ਦਵਾਈ ਪਈ ਆ ਅੰਦਰ ਵੀ, ਜੇ ਉਹ ਲੈ ਲਈ ਤੂੰ। ਕੀ ਪਤਾ ਕਿਹੜੀ ਦਵਾਈ ਹੁਣ ਭਾਂਤ ਭਾਂਤ ਦੀਆਂ ਗੋਲੀਆਂ ਨੇ। ਨਾ, ਐਂ ਤਾਂ ਕੁਛ ਨਹੀਂ ਕਹਿੰਦਾ ਹੈਗਾ, ਦਵਾਈ ਤਾਂ ਦਵਾ ਲਿਆਊਗਾ। ਕਿਉਂ, ਮੈਂ ਦਵਾ ਲਿਆਊਂਗਾ? ਨਾ, ਦਵਾਈ ਤਾਂ ਮੇਰਾ ਬਾਬਲੀ ਵੀ ਦਵਾ ਕੇ ਰਹੇਗਾ। ਮੈਂ ਕਹਿੰਦੀ, ਮੈਂ ਤੇਰਾ ਜੁਣ ਦੁਸ਼ਮਣਾ? ਮੈਂ ਤੇਰਾ ਪੁੱਤ ਨਹੀਂ? ਨਹੀਂ ਪੁੱਤ, ਪੁੱਤ ਤਾਂ ਮੇਰਾ ਹੈਗਾ ਹੈ, ਠੀਕ ਹੈ, ਦਵਾਈ ਤਾਂ ਉਹੀ ਦਵਾ ਕੇ ਲਿਆਊਗਾ। ਮੈਨੂੰ ਪਤਾ ਹੈ ਪੁੱਤ ਵੀਰਪਾਲ ਨਹੀਂ ਜਾਣ ਦਿੰਦੀ ਤੈਨੂੰ। ਚਲ ਠੀਕ ਆ। ਹਾਂ, ਮੈਨੂੰ ਪਤਾ ਹੈ। ਰੱਖਣੀ ਨੀ, ਛੱਡ ਖੜਾ ਸੀ ਰਹਿਣ ਦੇ। ਬੇਪੁੱਤ ਐ ਕਿਉਂ ਕਰਦਾ, ਦਵਾ ਲਿਆ ਮੈਨੂੰ ਦਵਾਈ, ਮੇਰੀ ਵੀ ਰਹਿ ਜੂਗੀ। ਮੈਂ ਤਾਂ ਰੱਖਣੀ ਨੀ ਹੈਗੀ, ਜਦੋਂ ਸਿਰਤੀ ਆ ਕੇ ਖੜ ਗਈ ਬਾਡੇ ਦਾ ਫਾਹਾ, ਦਵਾ ਲਿਆ ਦਵਾਈ, ਚੱਲ ਭਗ ਜਾਣਾ ਗਾ, ਪੈਸੇ ਕਹਿੰਦੇ ਲੋਕ ਹੈ ਵੇ ਪੁੱਤ, ਪਿਰਸਣ ਮਿਲੀ ਦੀ ਜਿਹੜੀ ਤੈਨੂੰ ਤਾਂ ਮੈਂ ਦੇਤੇ ਤੇ ਪੈਸੇ, ਉਹ ਤਾਂ ਮੈਂ ਖਰਚ ਦੇ, ਮੈਂ ਤਾਂ ਸੂਟ ਲਿਆਂਦੇ ਉਹਦੇ, ਮੇਰੇ ਕੋਲ ਕਿੱਥੇ ਆਉਣਾ ਪੈਸੇ ਪੂਸੇ ਨਹੀਂ ਹੈਗੇ ਮੇਰੇ ਲਈ, ਜੇ ਚੱਲਣਾ ਤਾਂ ਤੂੰ ਦੇਖ ਲਾ ਦਾ ਪੈਸਾ ਦੇ ਦੇ ਹੈਗੇ ਨਾ ਬਾਅਦ ਚਾਉਣਾ, ਕੁਛ ਨਹੀਂ ਹੁੰਦਾ, ਤੂੰ ਮੈਨੂੰ ਦਵਾਈ ਦਵਾ ਲਿਆ, ਮੈਂ ਜਿੱਦੇ ਪਿਰਸਣ ਆ ਗਈ ਨਾ ਉਦੋਂ ਮੈਂ ਤੈਨੂੰ ਦੇ ਦੂੰਗੀ ਮੇਰੇ ਪੁੱਤ ਬਣ ਕੇ, ਚੰਗਾ ਮੈਂ ਦੇ ਦੂੰਗੀ, ਮੋੜ ਦੀ ਮੈਂ ਤਾਲਾ ਲਾਉਂਗਾ, ਮੈਂ ਮੋੜ ਦੂੰਗੀ, ਰੌਲਾ ਨਾ ਪਾ, ਉਹਨਾਂ ਨੂੰ ਸੁਣ ਜੂਗਾ। ਚੱਕ ਕਰ ਦਾ ਝੋਲਾ ਜਿਹੜੇ ਹੈਗੇ ਨੇ 500-400 ਨਾਲੇ, ਉਹ ਚੱਕ ਲੈ, 500-400 ਮੈਂ ਬੜਦਾ ਨਾ ਫਾਹਾ ਦਿਖਾ ਲੈ ਉਹਨਾਂ ਦਾ। ਹੋਰ ਬਸ ਗਰਮੀ ਬਹੁਤ।
ਕਿਉਂ ਬਾਈ ਡਾਕਟਰ ਕੀ ਕਹਿੰਦਾ ਫਿਰ? ਡਾਕਟਰ ਨੇ ਯਾਰ ਬਾਹਲਾ ਕੁਛ ਦੱਸਤਾ ਬੇਬੇ ਨੂੰ। ਬਾਹਲਾ ਕੁਛ ਕੀ ਸੀ ਇਹ? ਬਿਮਾਰੀ ਦੱਸੀ ਹੋਊ ਕੋਈ? ਬਿਮਾਰੀ ਬਿਮਾਰੀਆਂ ਨੇ। ਕੀ ਕੁਛ ਆ? ਗੁਰਦੇ ਫੇਲ ਨੇ। ਅੱਛਾ ਜੀ, ਹਾਂ ਫਿਰ ਆਪਾਂ ਦਵਾਈ ਦਵਾਲਾ ਗੱਡੀ ਗੱਲ ਆਪਾਂ ਕਿਉਂ ਹੋਰ ਤਾਂ ਵਿੱਚੋਂ ਕੱਢਦੇ ਭਰਾਵਾ। ਉਹ ਕਮਾਲ ਦੀ ਗੱਲ ਮਾਂ ਨਹੀਂ ਹੈਗੀ, ਆਪਣਾ ਆਪ ਹੀ ਦਵਾ ਦਵੂਲਾ ਦਵਾਈ ਨਾਲ। ਅਸੀਂ ਤਾਂ ਪ੍ਰੋਗਰਾਮ ਬਣਾ ਰੱਖਿਆ ਪਰਸੋਂ ਦਾ, ਅਸੀਂ ਕੱਲ੍ਹ ਨੂੰ ਘੁੰਮਣ ਜਾਣਾ ਹੈਗਾ। ਮੈਨੂੰ ਨੀ ਪਤਾ, ਆਪਣਾ ਆਪ ਹੀ ਆਪ ਹੀ ਦੇਵਾ ਯਾਰ ਮਾਂ। ਫਿਰ ਵੀ ਆਪਣਾ ਤੂੰ ਹੀ ਦੇਖ ਯਾਰ, ਮੈਨੂੰ ਨੀ ਪਤਾ ਹੈਗਾ। ਮੈਂ ਦੁਬਾਰੇ ਵੱਡੀ ਗੱਲ ਆ ਫਿਰ ਮਾਂ ਯਾਰ। ਚੱਲ ਬਾਈ ਤੂੰ ਤਾਂ ਘੁੰਮ ਕੇ ਆ, ਤੇਰਾ ਘੁੰਮਣ ਨਾ ਵਿੱਚ ਰਹਿ ਜੇ। ਬੇਬੇ ਨੂੰ ਦਵਾਈ ਮੈਂ ਆਪ ਹੀ ਦਵਾਊਂਗਾ। ਪੁੱਤ ਦਵਾਈ ਵਾਲਾ ਕੰਮ ਨਹੀਂ ਹੈਗਾ। ਕਿਉਂ ਕੀ ਗੱਲ? ਡਾਕਟਰ ਨੇ ਤਾਂ ਐਂ ਕਿਹਾ ਸੀ, ਇਹ ਕਹਿੰਦਾ ਵੀ ਤੇਰੇ ਤਾਂ ਗੁਰਦੇ ਖਤਮ ਹੋ ਗਏ, ਗੁਰਦਾ ਹੋਰ ਬਦਲਣਾ ਪਊਗਾ। ਗੁਰਦਾ ਮੈਂ ਪਵਾ ਦੂੰਗਾ, ਉਹਦਾ ਐਡੀ ਗੱਲ ਆ ਫਿਰ? ਕੋਈ ਨਾ ਬੇਬੇ, ਅਸੀਂ ਦੁੱਖ ਤੇਰੇ ਨਾਲ ਹੀ ਹੰਢਾਵਾਂਗੇ, ਤੈਨੂੰ ਕੱਲੀ ਨੂੰ ਨਹੀਂ ਚੜਦੇ। ਕਿੱਲਾ ਵੇਚ ਦਾਂਗੇ, 7 ਕਿੱਲੇ ਕੀ ਅੱਗ ਲਾਉਣੇ ਆਪਾਂ, ਤੇਰਾ ਇਲਾਜ ਕਰਾਵਾਂਗੇ ਅਸੀਂ। ਊਂ ਬੇਬੇ ਤੂੰ ਦੇਖ ਲੈ, ਪੈਨਸ਼ਨ ਲੈ ਕੇ ਕਿਵੇਂ ਉਹਦੀ ਮੁੱਠੀ 'ਚ ਦਿੰਦੀ ਹੁੰਦੀ ਤੀ। ਉੱਥੇ ਤੂੰ ਗਈ ਸੀ ਨਾ ਹਜ਼ੂਰ ਸਾਹਿਬ, ਉਹਨੂੰ ਕਿਵੇਂ ਚੁੰਨੀਆਂ ਲਿਆ ਕੇ ਦਿੱਤੀਆਂ ਸੀ, ਚੂੜੀਆਂ ਲਿਆਂਦੇ ਸੀ, ਮੈਨੂੰ ਇੱਕ ਵੀ ਨਹੀਂ ਦਿਖਾਈ, ਪਰ ਮੇਰਾ ਸਾਬਰ ਸੀਗਾ। ਚੱਲ ਤੂੰ ਹੁਣ ਨਾ ਤਾਨੇ ਮਾਰ ਬੇਬੇ ਨੂੰ ਯਾਰ, ਤਾਨੇ ਨਹੀਂ ਮਾਰਦੀ, ਹੁਣ ਦਵਾਈ ਦੇਵਾਂਗੇ, ਹੌਸਲਾ ਦਵਾ ਦੂੰ। ਤਾਨੇ ਨਹੀਂ ਮਾਰਦੀ, ਬੰਦੇ ਨੂੰ ਸਮਝ ਤਾਂ ਹੋਣੀ ਚਾਹੀਦੀ ਆ। ਊਂ ਬੇਬੇ ਬੁਰੇ ਵਕਤ 'ਚ ਅਸੀਂ ਉਹ ਖੜਾਂਗੇ ਤੇਰੇ ਨਾਲ, ਇਹੋ ਜਿਹੀ ਗੱਲ ਨਹੀਂ, ਤੈਨੂੰ ਮਰਨਾ ਨਹੀਂ ਦਿੰਦੇ, ਤੈਨੂੰ ਬਚਾਵਾਂਗੇ। ਟੈਨਸ਼ਨ ਨਾ ਲੈ ਤੂੰ ਕੋਈ ਗੱਲ ਨਹੀਂ, ਟੈਨਸ਼ਨ ਨਾ ਲੈ। ਪੁੱਤ ਮੇਰੀ ਗੱਲ ਸੁਣ, ਤੁਹਾਨੂੰ ਪਤਾ ਨਹੀਂ ਹੈਗਾ ਨਾ, ਮੇਰੇ ਤਾਂ ਗੁਰਦੇ ਜਮੀ ਖਤਮ ਨੇ। ਪਰ ਕੋਈ ਗੱਲ ਨਹੀਂ, ਐਡੀ ਗੱਲ ਆ, ਗੁਰਦੇ ਪੈ ਜਾਂਦੇ ਆ ਬੇਬੇ, ਉਹੜੀ ਨਾਲ ਖੜਾ ਦੁੱਖ ਦੀ ਘੜੀ 'ਚ ਅਸੀਂ ਤਾਂ ਹੈਗੇ ਆ ਬੇਬੇ। ਹੁਣ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਨੇ, ਬਹੁਤ ਸਹੂਲਤਾਂ ਨੇ, ਹੁਣ ਤਾਂ ਮਰੇ ਬੰਦੇ 'ਚ ਜਾਨ ਪਾ ਦਿੰਦੇ ਆ। ਉਹੀ ਤਾਂ ਗੱਲ ਆ। ਪੁੱਤ ਮੇਰੀ ਗੱਲ ਸੁਣ, ਮੈਂ ਨਾ ਉਹ ਵੱਡਾ ਸੀ, ਮੈਂ ਪੁੱਤ ਉਹਦਾ ਬਹੁਤ ਪਿਆਰ ਅਤੇ ਮੇਰ ਪੱਖ ਕਰਦੀ ਤੀ। ਫਿਰ ਦੇਖ ਲਾ ਪਿਆਰ, ਮੈਂ ਪੁੱਤ ਤੁਹਾਨੂੰ ਆਪਦਾ ਜਮੇ ਨਹੀਂ ਬਣਾਇਆ ਵੀਰਪਾਲੇ, ਮੈਂ ਤੈਂ ਮੈਨੂੰ ਬਥੇਰਾ ਕੁਛ ਬਣਾਇਆ, ਬਥੇਰਾ ਮੇਰਾ ਲੀੜਾ ਕੱਪੜਾ ਧੋਤਾ। ਪੁੱਤ ਪਤਾ ਨਹੀਂ ਦਿਮਾਗ ਐਡਾ ਨਾ ਕਿਉਂ ਖੋਖਲਾ ਹੋ ਗਿਆ, ਉਸੇ ਪਾਸੇ ਜ਼ੋਰ ਲਾਉਂਦੀ ਦਾ। ਪਰ ਮੈਂ ਪੁੱਤ ਤੈਨੂੰ ਇੱਕ ਗੱਲ ਕਹਿੰਦੀ ਹਾਂ, ਮੈਨੂੰ ਐਂ ਨਹੀਂ ਦਿਮਾਗ 'ਚ ਪਤਾ ਲੱਗਦਾ, ਜੇ ਉਹ ਵਿਆਹ ਗਿਆ ਤਾਂ ਉਹਦੀ ਤੀਵੀਂ ਦਾ ਵੀ ਉਨਾ ਹੀ ਕਰਨ ਲੱਗ ਗਈ ਮੈਂ। ਪੁੱਤ ਮੈਂ ਜਦੋਂ ਪਰਸਣ ਦਿੰਦੀ ਸੀ ਉਦੋਂ ਸਹੀ ਗੱਲ ਸੀ ਪੁੱਤ ਤੇਰੀ, ਮੈਨੂੰ ਪਤਾ ਸੀ ਬੇਬੇ, ਮੈਂ ਦੇਖਿਆ ਸੀ। ਮੈਂ ਉਹ ਤੋਂ ਪਾਣੀ ਮੰਗਾਇਆ, ਮੈਨੂੰ ਵੀ ਪਤਾ ਹੈ, ਉਹਨੇ ਮੈਨੂੰ ਦਿੱਤਾ ਨਹੀਂ, ਤੂੰ ਮੈਨੂੰ ਪਾਣੀ ਦੇਣ ਆ ਗਈ ਹੈ ਨਾ। ਪੁੱਤ ਉਹ ਨਾ ਫੜ ਕੇ ਪਿੜਸਣ ਬੋਚ ਕੇ ਦੇਣੇ, ਉਹਦਾ ਮੈਨੂੰ ਕਿਹਾ ਹੋਇਆ ਸੀ ਵੀ ਜਿਹੜੀਆਂ ਪਿੜਸਣਾਂ ਹੁੰਦੀਆਂ ਨੇ ਮੈਨੂੰ ਫੜਾ ਦਿਆ ਕਰ, ਮੈਂ ਉਸੇ ਨੂੰ ਫੜਾਉਣ ਲੱਗ ਗਈ। ਠੀਕ ਹੈ, ਜਦੋਂ ਫੜਾਉਣ ਲੱਗ ਗਈ, ਹੁਣ ਮੈਂ ਪੁੱਛਿਆ, ਮੈਨੂੰ ਬਬਲੀ ਅੰਦਰ ਕਹਿੰਦਾ, ਪੁੱਤ ਮੈਂ ਤਾਂ ਤੁਹਾਡੇ ਕੋਲ ਦੱਸਿਆ ਨਹੀਂ, ਹੁਣ ਦੱਸਦੀ ਹਾਂ, ਹੁਣ ਤੁਸੀਂ ਮੇਰੇ ਹੋ, ਮੈਂ ਤੁਹਾਨੂੰ ਦੱਸਦੀ ਹਾਂ ਪੁੱਤ। ਪਹਿਲਾਂ ਵੀ ਤੇਰੀ ਸੀ ਪੁੱਤ, ਬਸ ਦਿਮਾਗ ਆਹ ਖੋਖਲਾ। ਚੱਲ ਹੁਣ ਟੈਨਸ਼ਨ ਨਾ ਲੈ ਤੂੰ, ਕੀ ਕਹਿੰਦਾ ਸੱਚੀ ਜੀ ਦਵਾਈ? ਜਦੋਂ ਮੈਂ ਅੰਦਰ ਪੁੱਤ ਮੈਂ ਬਹੁਤ ਹਾੜੇ ਕੱਢੇ, ਮੈਨੂੰ ਕਹਿੰਦਾ ਪੈਸੇ ਦੇ ਦੇ, ਮੈਂ ਫਿਰ ਦਵਾਈ ਦਵਾ ਲਊਂਗਾ। ਪੁੱਤ ਮੇਰੇ ਕੋਲ ਪੈਸੇ ਕਿੱਥੇ ਨੇ? ਪੈਸੇ ਤਾਂ ਉਹਦੀ ਤੀਵੀਂ ਨੂੰ ਦੇ ਦਿੰਦੀ ਤੀ ਸਾਰੇ, ਤੀਵੀਂ ਬੋਲਦੀ ਹੈ ਜਾ ਕੱਟ ਲਿਆ ਰਾਂ ਦਫਾਹ ਵੜ ਦੇ, ਦਵਾਈ ਦਵਾ ਲਿਆ। ਮੈਂ ਆਖਿਆ ਪੁੱਤ ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਕਹਿੰਦਾ ਪੈਸੇ ਲੈ ਕੇ ਚੱਲ। ਮੈਂ ਕਿਹਾ ਪੁੱਤ ਮੇਰੇ ਕੋਲ ਤਾਂ ਹੈ ਨਹੀਂ, ਮੈਂ ਜਦੋਂ ਪਰਸਨ ਆ ਗਈ ਨਾ ਉਹਦੀ ਤੁਹਾਨੂੰ ਦੇ ਦੂੰਗੀ। ਮੈਂ ਤਾਂ ਪੁੱਤ ਜਦੋਂ ਉਰੇ ਉਦੋਂ ਕਹਿੰਦੀ ਸੀ ਨਾ, ਸੱਚੀ ਗੱਲ ਤੀ, ਉਹ ਮੈਨੂੰ ਕੱਪੜਿਆਂ ਕੁੱਪੜਿਆਂ ਨੂੰ ਜਵਾਬ ਪਹਿਲਾਂ ਹੀ ਦੇਤਾ, ਉਸਨੇ ਰੋਟੀ ਤਾਂ ਕਿਹੜੀ ਦੇਣੀ ਹੈ, ਹਰ ਕੇ ਮੈਂ ਕਹਿ ਦੇ ਕੱਚੀ ਹੁੰਦੀ ਨੇ। ਮੈਂ ਕਿਹਾ ਪੁੱਤ ਇਹਦਾ ਬਲੱਡ ਵੱਧ ਗਿਆ, ਮੈਨੂੰ ਐਂ ਤੀ ਜੇ ਉਹ ਸਮਝ ਜਾਣ, ਜੇ ਸਮਝ ਜਾਣ। ਫਿਰ ਹੁਣ ਨੂੰ ਤੇਰੇ ਕੋਲ ਲੱਖ ਦੋ ਲੱਖ ਹੋਇਆ ਹੁੰਦਾ ਜੇ ਸਾਂਭ ਕੇ ਰੱਖਦੀ। ਬਸ ਪੁੱਤ ਕਿਵੇਂ ਮਰਜ਼ੀ ਲਾ ਲਓ ਪੁੱਤ, ਹੈ ਨਾ, ਭਾਵਾਂ ਤਾਂ ਮੈਨੂੰ ਦਵਾਈ ਦਵਾ ਦਿਓ, ਦਵਾਵਾਂਗੇ, ਜਮਾ ਨਾ ਦਵਾਓ, ਦਵਾਵਾਂਗੇ, ਦਵਾਵਾਂਗੇ,
ਮੇਰੇ ਕੋਲੇ ਕੁਛ ਅਸੀਂ ਉਹਨਾਂ ਨਾਲ ਨਹੀਂ ਕਰਦੇ ਦਵਾਵਾਂਗੇ ਕੋਈ ਮੇਰੇ ਕੋਲੇ ਕੁਛ ਨਹੀਂ ਉਹ ਤਾਂ ਤੂੰ ਪੋਚੇ ਪਾਉਂਦੀ ਸੀ ਉਹਦੀਆਂ ਗੱਲਾਂ ਤੇ ਮੈਂ ਤਾਂ ਜਿੱਦਾਂ ਦੀ ਆਈ ਸੀ ਮੈਨੂੰ ਤਾਂ ਉਹਦੇ ਸਵਾਦ ਉਦਾਂ ਦਾ ਹੀ ਪਤਾ ਸੀ ਵੀ ਗੰਦਾ ਇਹਦਾ ਸਵਾਦ ਰੁੱਖੀ ਹੈ ਉਹ ਕਿੱਥੋਂ ਕੰਮ ਕਰ ਸਕਦੀ ਹੈ ਇਹਨਾਂ ਇੰਨੀ ਸਮਝ ਨਹੀਂ ਹੈਗੀ ਬੇਬੇ ਇਹਨਾਂ ਕੰਮ ਕਰ ਲੂ ਉਹ ਪਤਾ ਨਹੀਂ ਪੁੱਤ ਬਸ ਮੇਰੇ ਤਾਂ ਕੋਈ ਗੱਲ ਨਾ ਬੇਬੇ ਟੈਨਸ਼ਨ ਨਾ ਲੈ ਕੋਈ ਨਾ ਤੈਨੂੰ ਦਵਾਈ ਦਵਾਵਾਂਗੇ ਇਸ ਤਰ੍ਹਾਂ ਵਧੀਆ ਇਲਾਜ ਕਰਾਵਾਂਗੇ ਪਰ ਸਾਡੇ ਵਿੱਚ ਫਰਕ ਨਾ ਕਰੀ ਸਾਨੂੰ ਇੱਕੋ ਜਿਹਾ ਸਮਝੀ ਹੋਰ ਅਸੀਂ ਕੁਛ ਨਹੀਂ ਚਾਹੁੰਦੇ ਨਾ ਪੁੱਤ ਮੈਂ ਹੁਣ ਤੁਹਾਡੀ ਮੰਨ ਕੇ ਤੇਰੀ ਪੈਨਸ਼ਨ ਦੀ ਵੀ ਨਹੀਂ ਲੋੜ ਕੀ 1500 ਰੁਪਏ ਨਾਲ ਸਾਡਾ ਚਵਾਰਾ ਪੈ ਜਾਊਗਾ ਸਾਨੂੰ ਤਾਂ ਤੇਰਾ ਪਿਆਰ ਚਾਹੀਦਾ ਸੀ ਪੁੱਤ ਮੈਨੂੰ ਤਾਂ ਲੋੜ ਨਹੀਂ ਉਹਨਾਂ ਦੀ ਹੁਣ ਉਹ ਕਿਤੇ ਭੌਂਕਦੇ ਫਿਰਨ ਅਸਲੀ ਨੂੰ ਪੁੱਤ ਮੇਰੇ ਤੁਸੀਂ ਹੋ ਚੰਗਾ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਵੀਡੀਓ ਹੁਣ ਦੇਖਦੇ ਹੋ ਨਾ ਐਂ ਦੇਖਿਆ ਕਰੋ ਮੇਰਾ ਵੀਰ ਵਧੀਆ ਵਧੀਆ ਕਮੈਂਟ ਕਰੋ ਹਾਂਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਹਾਂਜੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਹੁਣ ਵਾਰੀ ਕਮੈਂਟਾਂ ਦੀ ਰਣਜੀਤ ਸਿੰਘ ਖੀਵਾ ਫਰੀਦਕੋਟ ਤਾਹਿਰ ਚੱਠਾ ਖਾਲਿਦ ਮਹਿਮੂਦ ਹੈਪੀ ਮੁਦਕੀ ਵਿਜੇ ਕਪੂਰਥਲਾ ਜਸਪਾਲ ਸਿੰਘ ਅੰਮ੍ਰਿਤਸਰ ਕਮਲਜੋਤ ਬਰਾੜ USA ਬਲਦੇਵ ਸਿੱਧੂ ਸਰਗਣ ਕੌਰ ਮਾਵੀ ਜੀਤੀ ਪੰਧੇਰ ਜਿੰਮੀ ਬਾਬਰਪੁਰ ਨਾਭਾ ਮਨਿੰਦਰ ਬਰਾੜ ਸੁਖਪ੍ਰੀਤ ਸ੍ਰੀ ਮੁਕਤਸਰ ਸਾਹਿਬ ਪਰਮਜੀਤ ਕੌਰ ਦਿੜਬਾ ਹਾਂਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਕਰੋ ਅੱਗੇ ਤੋਂ ਤੁਹਾਨੂੰ ਹੋਰ ਵੀ ਸੋਹਣੇ ਸੋਹਣੇ ਜੋ ਪਰਿਵਾਰਕ ਕੰਟੈਂਟ ਨੇ ਉਹ ਵੇਖਣ ਨੂੰ ਮਿਲਣਗੇ ਅੱਜ ਜਿਹੜਾ ਤੁਸੀਂ ਐਪੀਸੋਡ ਵੇਖਿਆ ਇਹਦੇ ਬਾਰੇ ਤੁਹਾਨੂੰ ਬੇਬੇ ਜੀ ਜਾਣਕਾਰੀ ਦੇਣਗੇ ਭਾਵੇਂ ਮਾਂ ਦੇ ਦੋ ਪੁੱਤ ਹੋਣ ਭਾਵੇਂ ਚਾਰ ਪੁੱਤ ਹੋਣ ਪਰ ਇਹਨਾਂ ਨੂੰ ਇੱਕੋ ਜਿਹਾ ਰੱਖਣਾ ਜ਼ਰੂਰੀ ਹੈ ਜਿਹੜੀ ਮਾਂ ਹੁੰਦੀ ਹੈ ਮਾਂ ਜਿਵੇਂ ਮੈਂ ਮਾਂ ਮੇਰੇ ਦੋ ਪੁੱਤ ਨੇ ਪਰ ਇਹ ਪੁੱਤਾਂ 'ਚ ਨੂੰਹਾਂ 'ਚ ਜ਼ਰੂਰ ਫਰਕ ਰੱਖਦੀ ਹੈ ਜਿਹੜੀ ਮਾਂ ਹੈ ਅਸਲੀ ਮਾਂ ਉਹ ਹੈ ਜਿਹੜੀ ਆਪਦੀ ਔਲਾਦ ਨੂੰ ਮੁੱਠੀ 'ਚ ਰੱਖੇ ਭਾਵੇਂ ਪੁੱਤ ਕਈ ਹੋਣ ਧੀ ਅਤੇ ਪੁੱਤਾਂ 'ਚ ਕੋਈ ਫਰਕ ਨਹੀਂ ਹੁੰਦਾ ਜਿਹੜੀ ਮਾਂ ਦੋ ਪੁੱਤਾਂ ਨੂੰ ਪਾੜ ਕੇ ਰੱਖਦੀ ਹੈ ਨਾ ਗਾਹਾਂ ਬੱਚਿਆਂ 'ਚ ਵੀ ਬਹੁਤ ਫਰਕ ਪੈਂਦਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਿਹੜੀ ਮਾਂ ਦੋ ਪੁੱਤ ਹੋਣ ਚਾਰ ਹੋਣ ਸਾਰਿਆਂ ਨੂੰ ਇਕਸਾਰ ਰੱਖੇ ਅਸਲੀ ਮਾਂ ਉਹ ਹੈ ਜਿਹੜੀ ਆਪਦੀ ਔਲਾਦ ਨੂੰ ਮੁੱਠੀ 'ਚ ਰੱਖੇ ਅਸੀਂ ਜੋ ਇਹ ਵੀਡੀਓ ਬਣਾਉਂਦੇ ਹਾਂਗੇ ਇਹ ਸਿੱਖਿਆਦਾਇਕ ਬਣਾਉਂਦੇ ਹਾਂਗੇ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਹੁੰਦੀਆਂ ਨੇਗੀਆਂ ਇਹਨਾਂ ਨੂੰ ਸਾਡਾ ਮਕਸਦ ਇਹੀ ਹੈ ਵੀ ਸਾਡੀਆਂ ਵੀਡੀਓ ਦੇਖ ਕੇ ਤੁਹਾਨੂੰ ਕੋਈ ਸਿੱਖਿਆ ਮਿਲੇ ਇਹਨਾਂ ਨੂੰ ਦੇਖ ਕੇ ਤੁਸੀਂ ਸਿੱਖਿਆ ਲਓ ਅਤੇ ਅੱਗੇ ਸਮਾਜ ਨੂੰ ਸੇਧ ਦਿਓ ਇਹਨਾਂ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਕੋਈ ਟਾਈਮ ਪਾਸ ਕਰਨਾ ਨਹੀਂ ਸਮਾਜ ਨੂੰ ਸੇਧ ਦੇਣਾ ਹੈਗਾ ਧੰਨਵਾਦ